ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਗਰੀਬ ਆਤਮਾ 'ਤੇ ਰਹਿਮ ਕੀਤਾ, ਦਇਆ ਕੀਤੀ, ਆਪਦੇ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਗੁਰੂ ਗ੍ਰੰਥ ਦੇ ਵਿੱਚੋਂ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਸਭ ਸੰਤਾਂ ਮਹਾਤਮਾ ਨੇ ਸਾਨੂੰ ਬੜੀਆਂ ਬੜੀਆਂ ਚੇਤਾਵਨੀਆਂ ਦੇ ਦੇ ਕੇ, ਉਦਾਹਰਣਾਂ ਦੇ ਦੇ ਕੇ ਸਮਝਾਇਆ ਹੈ, ਕਿਸ ਤਰ੍ਹਾਂ ਸਾਨੂੰ ਪਿਆਰ ਨਾਲ ਦੱਸਿਆ ਕਿ ਜਦ ਤੱਕ ਅਸੀਂ ਉਸ ਪਰਮਾਤਮਾ ਦੇ ਅੱਗੇ ਸੱਚੇ ਦਿਲੋਂ ਤਨੋ ਮਨੋ ਨਿਮਰਤਾ ਪੈਦਾ ਨਹੀਂ ਕਰਦੇ, ਜੋ ਕੁਛ ਅਸੀਂ ਜ਼ੁਬਾਨ 'ਚੋਂ ਕਹਿੰਦੇ ਹਾਂ, ਜਦ ਤੱਕ ਦਿਲ ਵੀ ਅਗਵਾਹੀ ਉਹਦੀ ਨਾ ਦੇਵੇ, ਉਹਨਾਂ ਚਿਕਰ ਅਸੀਂ ਉਸ ਪ੍ਰਭੂ ਦੇ ਦਰਬਾਰ ਦਾਖਲ ਨਹੀਂ ਹੋ ਸਕਦੇ। ਇਹ ਨਹੀਂ ਕਿ ਜਵਾਨ ਤਾਂ ਕੁਛ ਕਹਿੰਦੀ ਹੈ, ਦਿਲ ਕੁਛ ਕਹਿੰਦਾ ਹੈ। ਫਰੀਦ ਸਾਹਿਬ ਨੇ ਕਿਹਾ ਸੀਗਾ ਕਿ ਗੁੜ ਜਿੰਨੀਆਂ ਮਿੱਠੀਆਂ ਬਾਤਾਂ ਹੈ, ਦਿਲ ਵਿੱਚ ਕਾਤੀ ਹੈ, ਕਤਰਨੀ ਫੜੀ ਹੋਈ ਹੈ, ਉਹ ਭਗਵਾਨ ਸਾਡੇ ਅੰਦਰ ਬੈਠਾ ਉਹ ਗੁੜ ਜੈਸੀਆਂ ਜੋ ਬਾਤਾਂ ਕਰਦੇ ਹੈ ਉਹਨਾਂ ਨੂੰ ਵੀ ਸੁਣਦਾ ਹੈ, ਜੋ ਦਿਲ 'ਚ ਕਤਰਨੀ ਪੜੀ ਹੋਈ ਹੈ ਉਸ ਨੂੰ ਵੀ ਸੁਣਦਾ ਹੈ। ਇਸ ਵਾਸਤੇ ਸੰਤ ਕਹਿੰਦੇ ਹੈ ਕਿ ਪਿਆਰਿਓ, ਜੋ ਕੁਛ ਅਸੀਂ ਜਵਾਨ ਨਾਲ ਕਹਿੰਦੇ ਹੈ, ਦਿਲ 'ਚੋਂ ਵੀ ਉਹੀ ਨਿਕਲੋ, ਉਹ ਪਰਮਾਤਮਾ ਤੁਹਾਡੇ ਅੰਦਰ ਹੀ ਬੈਠਾ ਹੈ, ਉਹ ਸਭ ਦਾ ਲੇਖਾ ਜੋਖਾ ਕਰ ਰਿਹਾ ਹੈ, ਉਹ ਜੈਸੀ ਜੈਸੀ ਆਪਾਂ ਚਾਕਰੀ ਕਰਦੇ ਹਾਂ ਵੈਸਾ ਵੈਸਾ ਉਹ ਦੇ ਰਿਹਾ ਹੈ। ਜੀ ਪਾਪਾਂ ਦਾ ਲੱਦਿਆ ਹੋਇਆ ਹੈ, ਸੁੱਤਾ ਵੀ ਡਰਦਾ ਹੈ, ਜਾਗਦਾ ਵੀ ਡਰਦਾ ਹੈ, ਬੈਠਾ ਵੀ ਡਰਦਾ ਹੈ, ਜੀਵਨ ਵੀ ਸਾਰਾ ਡਰ ਦੇ ਵਿੱਚ ਸਹਿਮ ਦੇ ਵਿੱਚ ਬਤੀਤ ਕਰਦਾ ਹੈ। ਜਦ ਮੌਤ ਦਾ ਫਿਰਿਸਤਾ ਦਿਸਦਾ ਹੈ ਫਿਰ ਵੀ ਡਰਦਾ ਹੈ ਕਿ ਮੈਂ ਜੋ ਕੁਛ ਜ਼ਿੰਦਗੀ ਭਰ ਕੀਤਾ ਹੈ ਉਹਦਾ ਮੈਥੋਂ ਲੇਖਾ ਜੋਖਾ ਲਏਗਾ, ਪਤਾ ਨਹੀਂ ਉਹ ਮੇਰੇ ਨਾਲ ਕੀ ਕਰੇਗਾ। ਅਗਰ ਪਰਮਾਤਮਾ ਕਿਰਪਾ ਕਰੇ, ਮਿਹਰ ਕਰੇ, ਤਾਂ ਉਹ ਕਿਸੇ ਜੀਵਤ ਮਹਾਂਪੁਰਸ਼ ਦੇ ਨਾਲ ਮਿਲਾਪ ਕਰਾਵੇ, ਉਹ ਸਾਨੂੰ ਸ਼ਬਦ ਦਾ ਦਾਨ ਦਵਾਵੇ, ਅਸੀਂ ਸੱਚੇ ਦਿਲੋਂ ਸ਼ਬਦ ਨਾਮ ਦੀ ਕਮਾਈ ਕਰੀਏ, ਅਸੀਂ ਜ਼ਿੰਦਗੀ ਦੇ ਜਿਹੜੇ 4 ਦਿਨ ਹੈ ਉਹ ਵੀ ਆਰਾਮ ਦੇ ਗੁਜ਼ਾਰ ਸਕਦੇ ਹਾਂ, ਅੱਗੇ ਵੀ ਅਸੀਂ ਬਗੈਰ ਕਿਸੇ ਡਰ ਔਰ ਝਿਜਕ ਤੋਂ ਉਸ ਪ੍ਰਭੂ ਦੇ ਦਰਬਾਰ ਜਾ ਸਕਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ, ਉਸ ਸੱਚੇ ਦਰਬਾਰ ਮੈਂ ਪੱਲਾ ਨਾ ਪਕੜੇ ਕੋਈ, ਉਸ ਦਰਬਾਰ ਦੇ ਵਿੱਚ ਕੋਈ ਪੱਲਾ ਨਹੀਂ ਪਕੜ ਸਕਦਾ ਗਾ। ਕਿਉਂ ਬਈ, ਅਸੀਂ ਜੋ ਕੁਛ ਸਾਨੂੰ ਸਾਡੇ ਗੁਰਾਂ ਨੇ ਕਿਹਾ ਅਸੀਂ ਉਹ ਕੀਤਾ। ਸੋ ਗੁਰੂ ਸਾਹਿਬ ਸੋਚਿਆ ਜੀ, ਕੁਚਾ ਜੀ ਆਤਮਾ ਕਿਸ ਤਰ੍ਹਾਂ ਉਸ ਪ੍ਰਭੂ ਦੇ ਅੱਗੇ, ਆਪਣੇ ਪਤੀ ਦੇ ਅੱਗੇ, ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਹੈ, ਕਿਉਂਕਿ ਇਹਦਾ ਜੋ ਸ਼ਬਦ ਦਾ ਆਰੰਭ ਹੈ ਉਹ ਆਪਣੇ ਔਗਣ ਪਾਪ
ਆਤਮਾ ਗਿਣਦੀ ਹੈ। ਔਰ ਆਖਰ ਗੁਰੂ ਸਾਹਿਬ ਇੱਕ ਪ੍ਰਾਰਥਨਾ ਔਰ ਅਰਦਾਸ ਦੇ ਵਿੱਚ ਆ ਕੇ ਇਸ ਸ਼ਬਦ ਦੀ ਸਮਾਪਤੀ ਕਰਦੇ ਹੈ। ਕਿਉਂਕਿ ਜਿਤਨੀਆਂ ਵੀ ਬਾਣੀਆਂ ਸੰਤਾਂ ਮਹਾਤਮਾ ਨੇ ਉਚਾਰੀਆਂ ਹਨ, ਆਤਮਾ ਨੂੰ ਤਾਂ ਉਹਨਾਂ ਨੇ ਇਸਤਰੀ ਬਣਾਇਆ ਹੈ, ਪਤੀ ਉਸ ਪਰਮਾਤਮਾ ਨੂੰ। ਕਿਸੇ ਮਹਾਤਮਾ ਨੇ ਬਾਪ ਔਰ ਬੇਟੇ ਦਾ ਰਿਸ਼ਤਾ ਕਰਕੇ ਯਾਦ ਦਿਲਾਇਆ ਹੈ। ਮਤਲਬ ਮਹਾਤਮਾ ਦਾ ਸਿਰਫ ਉਸ ਪਿਆਰ ਨੂੰ ਹੀ ਉਜਾਗਰ ਕਰਨਾ ਹੈ, ਕਿਉਂਕਿ ਔਰਤ ਔਰ ਪਤੀ ਦਾ ਜੋ ਰਿਸ਼ਤਾ ਹੈ ਉਹ ਜ਼ਿੰਦਗੀ ਦਾ ਰਿਸ਼ਤਾ ਹੁੰਦਾ ਹੈ। ਮਹਾਰਾਜ ਕਿਰਪਾਲ ਸਦਾ ਹੀ ਕਹਿੰਦੇ ਰਹੇ ਕਿ ਮਰ ਕੇ ਹੀ ਅਲੱਗ ਹੋਵੇ। ਜਦ ਕਿਸੇ ਦੀ ਲੜਕੀ ਦੀ ਸ਼ਾਦੀ 'ਤੇ ਉਹ ਆਸ਼ੀਰਵਾਦ ਦਿੰਦੇ ਸਨ ਤਾਂ ਇਹੀ ਉਹਨਾਂ ਦੇ ਮੂੰਹ 'ਚੋਂ ਅਸੀਂ ਸੁਣਿਆ ਕਿ ਬਈ ਲਾਸ਼ ਹੀ ਇਸ ਘਰ ਦੇ ਵਿੱਚੋਂ ਉੱਠੇ, ਪਹਿਲਾਂ ਕਦੇ ਸੋਚੋ ਵੀ ਨਾ। ਤੁਸੀਂ ਦੇਖ ਲਓ ਇਹ ਕਿੱਡਾ ਅਟੁੱਟ ਰਿਸ਼ਤਾ ਹੁੰਦਾ ਹੈ, ਇਹ ਪਵਿੱਤਰ ਬੰਧਨ ਹੁੰਦਾ ਹੈ। ਸਾਨੂੰ ਆਮ ਲੋਕਾਂ ਨੂੰ ਇਸ ਪਵਿੱਤਰ ਰਿਸ਼ਤੇ ਦੀ, ਇਸ ਮਹਾਨਤਾ ਬਾਰੇ ਗਿਆਨ ਨਹੀਂ ਹੁੰਦਾ ਕਿ ਕਿੰਨਾ ਪਵਿੱਤਰ ਰਿਸ਼ਤਾ ਹੈ ਪਤੀ ਔਰ ਪਤਨੀ ਦਾ। ਤੋ ਅੱਛੀ ਪਤਨੀ ਤਦ ਹੀ ਆਪਦੇ ਪਤੀ ਨੂੰ ਖੁਸ਼ ਕਰੇਗੀ ਜੇ ਉਸ ਦੇ ਖੁਸ਼ ਕਰਨ ਵਾਲੇ ਆਪਦੇ ਅੰਦਰ ਉਸ ਸ਼ਿੰਗਾਰ ਉਸੀ ਨਿਮਰਤਾ ਪੈਦਾ ਕਰੇ ਜੈਸਾ ਕਿ ਉਹਦਾ ਪਤੀ ਚਾਹੁੰਦਾ ਹੈ। ਇਹ ਨਹੀਂ ਕਿ ਪਤੀ ਕੁਛ ਕਹਿੰਦਾ ਹੈ, ਪਤਨੀ ਕੁਛ ਕਹਿੰਦੀ ਹੈ, ਫਿਰ ਤੁਹਾਨੂੰ ਪਤਾ ਹੀ ਹੈ ਉਹ ਘਰ ਸਵਰਗ ਨਹੀਂ ਬਣ ਸਕਦਾ, ਉਹ ਜੀਵਨ ਸਵਰਗ ਨਹੀਂ ਬਣ ਸਕਦਾ ਗਾ। ਤੋ ਗੁਰੂ ਸਾਹਿਬ ਦਾ ਇਹ ਸ਼ਬਦ ਛੋਟਾ ਜਿਹਾ ਗੌਰ ਨਾਲ ਸੁਣਨ ਵਾਲਾ ਹੈ ਜੀ। ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਪੰਨਾ 762 ਏਕ ਓਂਕਾਰ ਸਤਿਗੁਰੂ ਪ੍ਰਸ਼ਾਦ। ਮੋਂਜ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸੋ ਰਾਵਣ ਜਾਓ ਜੀਓ। ਆਤਮਾ ਬੜੇ ਪਿਆਰ ਨਾਲ ਕਹਿੰਦੀ ਹੈ, ਬੇਨਤੀ ਕਰਦੀ ਹੈ ਕਿ ਮੈਂ ਕੁਚੱਜੀ ਹੈ, ਮੇਰੇ ਪਾਸ ਐਸਾ ਕੋਈ ਚੱਜ ਨਹੀਂ ਗਾ, ਮੈਂ ਆਪਦੇ ਪਤੀ ਨੂੰ ਕਿਹੜੇ ਚੱਜ ਨਾਲ ਖੁਸ਼ ਕਰਾਂ। ਬਾਕੀ ਜੋ ਔਰਤਾਂ ਹਨ ਉਹ ਸੁੱਖ ਭੋਗਦੀਆਂ ਹਨ, ਮੈਂ ਕਿਸ ਤਰ੍ਹਾਂ ਆਪਦੇ ਪਤੀ ਦਾ ਸੁੱਖ ਮਾਣਾਂ, ਕਿਸ ਤਰ੍ਹਾਂ ਉਸਦੀ ਖੁਸ਼ੀ ਪ੍ਰਾਪਤ ਕਰਾਂ, ਮੈਂ ਕਿਹਨੂੰ ਦੋਸ਼ ਦੇਵਾਂ, ਇਹ ਔਗਣ ਤਾਂ ਮੇਰੇ ਆਪਣੇ ਵਿੱਚ ਹੀ ਹਨ ਜੀ। ਮੰਜ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸੋ ਰਾਵਣ ਜਾਓ ਜੀਓ। ਪਿਆਰਿਓ, ਸੰਤ ਮਤ ਕੋਈ ਸਮਾਜ ਨਹੀਂ ਹੁੰਦਾ ਗਾ, ਇਹ ਕੋਈ ਮਜ਼ਹਬ ਨਹੀਂ ਗਾ, ਇਹ ਆਪਣੇ ਆਪ ਨੂੰ ਸੁਧਾਰਨ ਦਾ ਮਤ ਹੈ। ਇਹ ਸ਼ਿਸ਼ ਔਰ ਗੁਰੂ ਦਾ ਸੰਵਾਦ ਹੈ। ਜਦ ਤੱਕ ਸ਼ਿਸ਼ ਆਪਣੇ ਐਬ ਇੱਕ ਇੱਕ ਕਰਕੇ ਨਹੀਂ ਛੱਡਦਾ ਗਾ, ਉਹਨਾਂ ਚਿਕਰ ਦਾ ਗੁਰੂ ਸ਼ਬਦ ਰੂਪ ਜੋ ਹੈ ਉਹ ਕਿਸ ਤਰ੍ਹਾਂ ਖੁਸ਼ ਹੋਏਗਾ। ਜੇ ਗੁਰੂ ਉਹਨੂੰ ਬਾਹਰੋਂ ਵੀ ਸਾਰਾ ਦਿਨ ਸਮਝਾਉਣ ਦੇ ਵਿੱਚ ਲਾ ਦੇਵੇ, ਤੁਸੀਂ ਸੋਚ ਕੇ ਦੇਖ ਲਓ, ਉਹ ਫਿਰ ਵੀ ਸ਼ਿਸ਼ ਉਸੇ ਪਾਸੇ ਜਾਵੇ, ਉਹ ਕਿਵੇਂ ਖੁਸ਼ੀ ਪ੍ਰਾਪਤ ਕਰੇਗਾ। ਫਿਰ ਅਸੀਂ ਕਹਿ ਦਿੰਦੇ ਹਾਂ ਜੀ ਸਾਨੂੰ 50 ਸਾਲ ਹੋ ਗਏ,
ਸਾਨੂੰ 20 ਸਾਲ ਹੋ ਗਏ, ਸਾਨੂੰ 15 ਸਾਲ ਹੋ ਗਏ ਨਾਮ ਲਿਆਂ ਨੂੰ, ਕਦੇ ਗਿਣਤੀ ਕਰੀ ਬਈ? ਵੀ ਅਸੀਂ ਇਹਦੇ ਵਿੱਚ ਕਦੇ ਕੋਸ਼ਿਸ਼ ਕੀਤੀ ਗੁਰੂ ਦੀ ਆਗਿਆ ਦੀ ਪਾਲਣ ਕਰਨ ਦਾ? ਇਸ ਵਾਸਤੇ ਪਿਆਰ ਨਾਲ ਕਹਿੰਦੇ ਹੈ, ਕੋਸ਼ਿਸ਼ ਕਹਿੰਦਾ ਹੈ ਕਿ ਮੈਂ ਕਿਸ ਤਰ੍ਹਾਂ ਉਹ ਸ਼ਬਦ ਰੂਪ ਗੁਰੂ ਦਾ ਸੁੱਖ ਮਾਣਾਂ, ਕਿਸ ਤਰ੍ਹਾਂ ਉਹਦੇ ਦੇਸ਼ ਵਿੱਚ ਪਹੁੰਚਾਂ, ਕਿਵੇਂ ਸ਼ਾਂਤੀ ਪ੍ਰਾਪਤ ਕਰਾਂ। ਜੀ ਮੰਜ ਕੋਚ ਜੀ ਅਮਾਵਣ ਡੋਸੜੇ ਹੋਂ ਕਿਉਂ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਂ ਜੀਓ। ਜੇ ਅਸੀਂ ਅੰਦਰ ਜਾਈਏ ਆਤਮਾ ਤੋਂ ਤਿੰਨੇ ਪੜਦੇ ਲਾਹ ਕੇ ਪਾਰਬ੍ਰਹਮ ਦੇ ਵਿੱਚ ਪਹੁੰਚੀਏ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਨਾਲ ਦੇ ਹੀ ਪ੍ਰੇਮੀ, ਸਾਡੇ ਜੋ ਨਾਲ ਦੀਆਂ ਸਖੀਆਂ ਜਿਹੜਾ ਸਾਡੇ ਸਤਿਗੁਰਾਂ ਦੀ ਸ਼ਰਨ ਵਿੱਚ ਬੈਠਦੇ ਹੈ, ਉਹਨਾਂ ਨੂੰ ਸਖੀਆਂ ਕਹਿ ਲਓ, ਸਹੇਲੀਆਂ ਕਹਿ ਲਓ। ਆਪਾਂ ਸਹੇਲੀਆਂ ਸਖੀਆਂ ਕਿਹਨਾਂ ਨੂੰ ਕਹਿੰਦੇ ਹੈ? ਜਿਹੜੀਆਂ ਲੜਕੀਆਂ ਆਪਸਰੀ ਮੇਂ ਜ਼ਿੰਦਗੀ ਦੇ ਕੁਛ ਹਿੱਸੇ, ਜ਼ਿੰਦਗੀ ਦਾ ਹਿੱਸਾ ਜਿਹੜੀਆਂ ਇਕੱਠੀਆਂ ਬਿਤਾਉਂਦੀਆਂ ਹਨ। ਇਸੇ ਤਰ੍ਹਾਂ ਅਸੀਂ ਗੁਰੂ ਦੀ ਸ਼ਰਨ ਵਿੱਚ ਬੈਠੇ ਹੁੰਦੇ ਹਾਂ, ਅਸੀਂ ਸੋਚਦੇ ਹਾਂ ਕਿ ਸ਼ਾਇਦ ਮੈਂ ਵੀ ਜਿਵੇਂ ਚੱਕਰ ਲਾਇਆ ਉਹਨਾਂ ਉੱਥੇ, ਉਸੇ ਤਰ੍ਹਾਂ ਇਹ ਵੀ ਲਾਇਆ ਹੁੰਦਾ ਹੈ, ਜਿਵੇਂ ਮੈਂ ਅੱਖਾਂ ਬੰਦ ਕੀਤੀਆਂ ਇਹਨੇ ਵੀ ਕਰ ਲਈਆਂ, ਸ਼ਾਇਦ ਜੇ ਮੈਂ ਨਹੀਂ ਕੁਛ ਦੇਖਦਾ ਤਾਂ ਇਹ ਵੀ ਨਹੀਂ ਦੇਖਦਾ ਹੋਵੇਗਾ। ਇਹ ਪਿਆਰਿਓ ਬੜਾ ਗਲਤ ਹੈ। ਮੈਂ ਦੱਸਦਾ ਹੁੰਦਾ ਕਿ ਸਾਡੀ ਸੰਗਤ ਦੇ ਵਿੱਚ ਐਸੀਆਂ ਬੀਬੀਆਂ ਵੀ ਹੈ, ਐਸੇ ਮਰਦ ਵੀ ਹੈ ਜਿਨ੍ਹਾਂ ਨੇ ਸਤਿਗੁਰੂ ਨੂੰ ਅੰਦਰ ਪ੍ਰਗਟ ਕੀਤਾ ਹੁੰਦਾ ਹੈ, ਉਹਨਾਂ ਦੇ ਨਾਲ ਨਾਲ ਫਿਰਦਾ ਹੁੰਦਾ ਹੈ। ਇਹ ਇੱਕ ਸੱਚਿਆਈ ਹੁੰਦੀ ਹੈ। ਉਹ ਸੱਚਿਆਈ ਦੀ ਅਗਵਾਈ ਕਦੇ ਐਸੇ ਪ੍ਰੇਮੀਆਂ ਦੀ ਗੱਲ ਸੁਣ ਕੇ ਤੁਸੀਂ ਦੇਖੋ। ਦੇਖਣ 'ਚ ਉਹ ਕਦੇ ਵੀ ਕਿਸੇ ਦੀ ਨਿਗਾਹ 'ਚ ਨਹੀਂ ਆਉਂਦੇ ਹੁੰਦੇ ਗੇ, ਕਿਉਂਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਆਗੂ ਹੈ ਜਾਂ ਅਸੀਂ ਅੱਗੇ ਜ਼ਿਆਦਾ ਮਿਲਦੇ ਮਿਲਾਉਂਦੇ ਹੈ। ਐਸੇ ਪ੍ਰੇਮੀ ਮੈਂ ਸੰਗਤ ਦੇ ਵਿੱਚ ਦੇਖੇ ਹੈ ਕਿ ਜਿਨ੍ਹਾਂ ਨੂੰ ਕੋਈ ਸ਼ਾਇਦ ਘੱਟ ਹੀ ਜਾਣਦਾ ਹੁੰਦਾ ਹੈ, ਜਦ ਉਹ ਆਪਦਾ ਅਨੁਭਵ ਮੈਨੂੰ ਦੱਸਦੇ ਹੈ ਦਿਲ ਗਦਗਦ ਹੋ ਜਾਂਦਾ ਹੈ ਕਿ ਬਈ ਇਹ ਕਿਸੇ ਦੀ ਨਿਗਾਹ 'ਚ ਨਹੀਂ। ਜਿਸ ਤਰ੍ਹਾਂ ਭਾਈ ਲਹਿਣਾ ਗੁਰੂ ਬਾਬਾ ਸਾਵਣ ਸਿੰਘ ਦੀ ਸੰਗਤ ਦੇ ਵਿੱਚ ਹੁੰਦਾ ਸੀਗਾ, ਆਮ ਮਹਾਰਾਜ ਸਾਵਣ ਸਿੰਘ ਦਾ ਤਾਂ ਇਹ ਅਸੂਲ ਸੀ ਕਿ ਜਿਹੜਾ ਪਹਿਲਾਂ ਆਵੇ ਉਹ ਪਹਿਲਾਂ ਅੱਗੇ ਬੈਠੇ, ਜਿਹੜਾ ਪਿੱਛੋਂ ਆਵੇ ਉਹ ਪਿੱਛੇ ਬੈਠੇ। ਆਮ ਤੌਰ 'ਤੇ ਥੋੜ੍ਹਾ ਬਹੁਤਾ ਅਸੀਂ ਇੱਕ ਦੂਜੇ ਨਾਲ ਪ੍ਰੇਮੀ ਥੋੜ੍ਹੀ ਬਹੁਤੀ ਲਿਹਾਜ਼ ਕਰਦੇ ਹਾਂ, ਜਿਹੜਾ ਸਿਆਣ ਵਾਲਾ ਹੋਵੇ ਔਰ ਜਿਹਦੇ ਚਿੱਟੇ ਕੱਪੜੇ ਹੋਣ, ਚੰਗਾ ਹੋਵੇ, ਅਸੀਂ ਉਸ ਨੂੰ ਕਹਿੰਦੇ ਹਾਂ ਤੂੰ ਅੱਗੇ ਆ ਜਾ, ਭਾਵੇਂ ਹਜ਼ਾਰ ਆਦਮੀ ਨੂੰ ਕਿਉਂ ਨਾ ਸਾਨੂੰ ਹਿਲਾਉਣਾ ਪਏ ਵੀ ਸਾਰੇ ਪਿੱਛੇ ਹੋ, ਫਲਾਨੇ ਨੇ ਬੈਠਣਾ ਬਈ। ਹੁਣ ਜੇ ਉਹਨੇ ਅੱਗੇ ਬੈਠਣਾ ਤਾਂ ਪਹਿਲਾਂ ਆ ਕੇ ਜਗ੍ਹਾ ਰੋਕੇ। ਹੁਣ ਉਸ ਭਾਈ ਲਹਿਣੇ ਨੂੰ ਕੋਈ ਬੈਠਣ ਤਾਂ ਦਿੰਦਾ ਨਹੀਂ ਸੀ, ਉਹਨੇ ਵਿਚਾਰੇ ਨੂੰ ਜਿੱਥੇ ਜਗ੍ਹਾ ਥਿਉਣੀ ਉੱਥੇ ਬੈਠ ਜਾਣਾ। ਹੁਣ ਸਤਿਗੁਰੂ ਜਿਹੜਾ ਹੈ ਉਹ ਤਾਂ ਦਿਲਾਂ ਦੀਆਂ ਜਾਣਦਾ ਹੈ। ਇੱਕ ਦਫ਼ਾ ਉਹਨਾਂ ਨੇ ਕਿਹਾ ਵੀ ਜਦੋਂ ਪਿੱਛੇ ਬੈਠਾ ਹੁੰਦਾ ਸੀ ਕਿ ਵੀ ਜ਼ਿਮੀਦਾਰ ਦੀ ਨਜ਼ਰ ਕਿਆਰੇ ਦੇ ਸਿਰੇ 'ਤੇ ਹੁੰਦੀ ਹੈ ਖੇਤ ਦੇ, ਵੀ ਉੱਧਰੋਂ ਕਿਤੇ ਸੁੱਕਾ ਨਾ ਰਹਿ ਜੇ। ਤੋ ਇੱਕ ਦਿਨ ਮਹਾਰਾਜ ਨੇ ਉਹਨਾਂ ਨੂੰ ਅੱਗੇ ਬਿਠਾ ਲਿਆ।
ਬਸ ਫਿਰ ਤੁਹਾਨੂੰ ਪਤਾ ਹੈ ਹਰੀਜਨ ਜਾਤੀ ਦਾ ਹੋਵੇ, ਖਾਸ ਕਰਕੇ ਉਹ ਵਕਤ ਤਾਂ ਖਾਸ ਸੀਗਾ ਛੂਤ ਛਾਤ ਦਾ। ਅੱਜ ਤਾਂ ਫਿਰ ਅਜੇ ਕਿਰਪਾ ਹੈ ਅਸੀਂ ਮਿਲ ਬੈਠਦੇ ਹਾਂ, ਤਾਂ ਉਹਦੇ ਨੇੜੇ ਨੇੜੇ ਵੀ ਕੋਈ ਨਾ ਬੈਠੇ। ਸਤਸੰਗ ਹੋ ਕੇ ਹਟਿਆ, ਮਹਾਰਾਜ ਜੀ ਕਹਿਣ ਲੱਗੇ ਭਾਈ ਲੈਣਿਆ ਤੂੰ ਵੀ ਚਲਾ ਲਾ ਕੋਈ ਬੰਬ। ਤੋਂ ਲੈਣਾ ਆਪਦੀ ਜਗ੍ਹਾ ਤੋਂ ਉੱਠ ਕੇ ਬੋਲਦਾ ਹੈ, ਕਹਿਣ ਲੱਗਿਆ ਦੇਖੋ ਬਈ ਜਿਸ ਦੇ ਮਗਰ ਤੁਸੀਂ ਦਿਨ ਰਾਤ ਦੌੜੇ ਫਿਰਦੇ ਹੋ, ਘੰਟਿਆਂ ਅੱਖਾਂ ਬੰਦ ਕਰਕੇ ਬੈਠਦੇ ਹੋ, ਉਹ ਇਸ ਗਰੀਬ ਝੌਂਪੜੀ ਦੇ ਵਿੱਚ ਦਿਨੇ ਰਾਤ ਹਰ ਟਾਈਮ ਹੀ ਰਹਿੰਦਾ ਇਹਦੇ ਵਿੱਚ। ਕਹਿਣ ਦਾ ਭਾਵ ਕਿ ਉਹਦੇ ਅੰਦਰ ਉਹ ਪ੍ਰਗਟ ਸੀਗਾ। ਤੋ ਇਹ ਤਾਂ ਆਪਣੇ ਦੋਸ਼ ਦੇਖ ਕੇ ਛੱਡਣ ਦਾ ਹੈ। ਤੋ ਆਪ ਕਹਿਣ ਲੱਗੇ ਇੱਕ ਦੋ ਇੱਕ ਚੜ੍ਹਦੀਆਂ ਕਿ ਉੱਥੇ ਮੈਥੋਂ ਪਹਿਲਾਂ ਅਨੇਕਾਂ ਸਹੇਲੀਆਂ ਪਹੁੰਚੀਆਂ ਹੋਈਆਂ ਸਨ, ਅਸੀਂ ਸਫ਼ਰ ਕਰੀਏ ਤੇ ਸਾਨੂੰ ਪਤਾ ਲੱਗਦਾ ਹੈ। ਕੌਣ ਜਾਣੇ ਮੇਰਾ ਨਾਂ ਜੀਓ, ਮੈਂ ਤਾਂ ਐਵੇਂ ਆਪਣੇ ਆਪ ਨੂੰ ਵੱਡਪਣਾ ਰੱਖਦੀ ਸੀਗੀ। ਉਸ ਗੁਰੂ ਦੇ ਦਰਬਾਰ ਦੇ ਵਿੱਚ ਤਾਂ ਅਨੇਕਾਂ ਭਵਰਾਂ ਦੀ ਤਰ੍ਹਾਂ ਘੁੰਮਟ ਪਾ ਰਹੀਆਂ ਹਨ, ਪਹੁੰਚ ਜਾਂਦੀਆਂ ਹਨ। ਮੈਂ ਤਾਂ ਕਿਸੇ ਗਿਣਤੀ 'ਚ ਵੀ ਵਿਚਾਰੀ ਨਹੀਂ ਸੀ, ਮੈਂ ਕਿਸ ਬਾਗ ਦੀ ਮੂਲੀ ਸੈਂ, ਮੈਂ ਤਾਂ ਐਵੇਂ ਮਾਨ ਕਰਦੀ ਫਿਰਦੀ ਸੈਂ ਜੀ। ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਂ ਜੀਓ, ਜਿੰਨੀ ਸਖੀ ਸੋ ਰਾਵਿਆ ਸੇ ਅੰਬੜੀ ਛਾਵੜੀ ਏ ਜੀਓ। ਜਿਨ੍ਹਾਂ ਨੇ ਉਸ ਪਤੀ ਪਰਮਾਤਮਾ ਦੀ ਭਗਤੀ ਕੀਤੀ, ਗੁਰੂ ਦੀ ਭਗਤੀ ਕੀਤੀ, ਉਹਨੂੰ ਆਪਦੇ ਅੰਦਰ ਪ੍ਰਗਟ ਕੀਤਾ, ਉਹਨਾਂ ਨੂੰ ਕੀ ਸੁੱਖ ਮਿਲਦਾ, ਕੀ ਸ਼ਾਂਤੀ ਮਿਲਦੀ ਹੈ। ਪਹਿਲਾਂ ਇਸ ਦੁਨੀਆਂ ਦੀ ਮਿਸਾਲ 'ਤੇ ਕੀ ਦੱਸਿਆ ਹੈ, ਸਾਨੂੰ ਪਤਾ ਹੈ ਕਿ ਅੰਬ ਦੀ ਛਾਂ ਗੂੜੀ ਹੁੰਦੀ ਹੈ, ਠੰਡੀ ਹੁੰਦੀ ਹੈ। ਕਹਿਣ ਲੱਗੇ ਜਿਸ ਤਰ੍ਹਾਂ ਅੰਬ ਦੀ ਛਾਂ ਦੇ ਹੇਠ ਬੈਠਣ ਵਾਲੇ ਨੂੰ ਗਰਮੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਅੱਜ ਕੱਲ੍ਹ ਤਾਂ ਏਅਰ ਕੰਡੀਸ਼ਨ ਵਗੈਰਾ ਹੈਗੇ ਹੈ, ਕੂਲਰ ਹੈਗੇ ਹੈ, ਅਸੀਂ ਇਹ ਘੱਟ ਹੀ ਅਨੁਭਵ ਕਰਦੇ ਹਾਂ। ਜਦੋਂ ਇਹ ਚੀਜ਼ਾਂ ਨਹੀਂ ਸਨ, ਬਾਣੀ ਉਸ ਵਕਤ ਦੀ ਲਿਖੀ ਹੈ, ਉਦੋਂ ਅੰਬ ਦੀ ਛਾਂ ਜਿਹੜੀ ਸੀ ਬੜੀ ਅਮੋਲਕ ਹੁੰਦੀ ਸੀਗੀ। ਇੱਥੇ ਵੀ ਜਦੋਂ ਅਸੀਂ ਸ਼ੁਰੂ ਦੇ ਵਿੱਚ ਪਹਿਲਾਂ ਇਹ ਪਿਛਲਾ ਬਾਗ ਜਿਹੜਾ ਸੀ, ਇੱਥੇ ਅੰਬ ਹੁੰਦੇ ਸਨ, ਤਾਂ ਉਦੋਂ ਇੱਥੇ ਬਿਜਲੀ ਨਹੀਂ ਸੀ, ਏਅਰ ਕੰਡੀਸ਼ਨ ਕਿੱਥੋਂ ਹੋਣੇ ਸੀਗੇ। ਤਾਂ ਸਾਨੂੰ ਪਤਾ ਹੈ ਕਿ ਅਸੀਂ ਸਾਰਾ ਸਾਰਾ ਦਿਨ ਅੰਬਾਂ ਦੀ ਛਾਂ ਦੇ ਹੇਠ ਬੜੇ ਖੁਸ਼ ਹੋ ਕੇ ਕੱਟਦੇ ਹੁੰਦੇ ਸੀਗੇ, ਕਿੰਨੀ ਠੰਡਕ ਮਿਲਦੀ ਹੁੰਦੀ ਸੀਗੀ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਉੱਥੇ ਗੁਰੂ ਰੂਪੀ ਉਹ ਪਰਮਾਤਮਾ ਦੀ ਛਾਂ ਹੇਠ ਜਾ ਕੇ ਉਹ ਸਖੀਆਂ ਬਸਰਾਮ ਕਰਦੀਆਂ ਹਨ, ਉਹਦੇ ਪਿਆਰ ਦੇ ਨਾਲ ਮਸਤ ਹੁੰਦੀਆਂ ਹਨ ਜੀ। ਜਿਨੀ ਸਖੀ ਸੋ ਰਾਵਿਆ ਸੇ ਅੰਬੜੀ ਛਾਵੜੀ ਏ ਜੀਓ, ਸੇ ਗੁਣ ਮੰਜਨਾ ਆਵਨੀ ਹੋ ਕੈ ਜੀ ਦੋਸ਼ ਤਰੇਓ ਜੀਓ। ਹੁਣ ਉੱਥੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਮੇਰੇ ਵਿੱਚੋਂ ਗੁਣ ਨਹੀਂ ਸੀ, ਮੈਂ ਇਹਨਾਂ ਨੂੰ ਕੀ ਦੋਸ਼ ਦੇਵਾਂ ਕਿ ਇਹ ਮੈਥੋਂ ਪਹਿਲਾਂ ਅੱਗੇ ਪਿਆਰੀਆਂ ਹੋ ਗਈਆਂ ਹਨ। ਮੈਂ ਦੇਖਿਆ ਹੈ
ਕਿ ਅਸੀਂ ਪ੍ਰੇਮੀ ਤਾਂ ਜੇ ਸਾਨੂੰ ਕੋਈ ਭੁੱਲ ਕੇ ਵਿਚਾਰਾ ਭੋਲੇਪਨ ਦੇ ਵਿੱਚ ਆਪਣਾ ਅਨੁਭਵ ਦੱਸ ਦੇਵੇ, ਅਸੀਂ ਸੜ ਜਾਂਦੇ ਹਾਂ, ਹੀਰਸ਼ਾ ਕਰਦੇ ਹਾਂ, ਉਹ ਵਿਚਾਰੇ ਦਾ ਵੀ ਕੰਮ ਖਰਾਬ ਕਰ ਦਿੰਦੇ ਹਾਂ। ਮੈਂ ਦੱਸਦਾ ਹੁੰਦਾ ਇੱਥੇ, ਇੱਕ ਕਈ ਸਾਲ ਹੋ ਗਏ, ਮੈਂ ਕਈ ਵਾਰੀ ਦੱਸਦਾ ਹੁੰਦਾ ਇਹ ਗੱਲ। ਪੰਜਾਬ ਦਾ ਇੱਕ ਪ੍ਰੇਮੀ ਮਹਾਜਨ ਸੀ, ਉਹ ਨਾਮ ਲੈ ਗਿਆ। ਅੱਛੀ, ਉਹ ਆਪੋ ਆਪਣਾ ਬੰਦੇ ਦਾ ਬੈਕਗਰਾਊਂਡ ਹੁੰਦਾ ਹੈ, ਅੱਛੀ ਆਤਮਾ ਸੀ, ਅੱਛਾ ਨਾਮ ਦਾ ਰੰਗ ਚੜ੍ਹਿਆ। ਜਦ ਉਹ ਪਿੰਡ ਗਿਆ ਆਪਦੇ ਪ੍ਰੇਮੀਆਂ ਦੇ ਕੋਲ, ਉਹਨੇ ਅੱਛੇ ਅਨੁਭਵ ਦੱਸਣੇ ਸ਼ੁਰੂ ਕੀਤੇ। ਉਸ ਪ੍ਰੇਮੀਆਂ ਨੇ ਪੱਤਰ ਲਿਖਿਆ, ਉਹ ਹੁਣ ਵੀ ਇੱਥੇ ਸਤਸੰਗ 'ਚ ਬੈਠੇ ਹੈ। ਉਹਨਾਂ ਨੇ ਪੱਤਰ ਲਿਖਿਆ, ਕਹਿੰਦੇ ਜੀ ਸਾਨੂੰ ਇਹਨਾਂ ਤੋਂ ਪਹਿਲਾਂ ਨਾਮ ਮਿਲਿਆ ਸੀਗਾ, ਅਸੀਂ ਇੰਨਾ ਕੁਛ ਦੇਖਿਆ ਨਹੀਂ, ਇਹਨੇ ਇੰਨਾ ਚਿਰ ਇੰਨਾ ਕੁਛ ਕਿਉਂ ਦੇਖ ਲਿਆ, ਅਸੀਂ ਤੁਹਾਡਾ ਕੀ ਖਰਾਬ ਕੀਤਾ ਹੈ, ਕੀ ਤੁਹਾਡਾ ਨੁਕਸਾਨ ਕੀਤਾ ਹੈ। ਤਾਂ ਮੈਂ ਉਸ ਨੂੰ ਪੱਤਰ ਲਿਖਿਆ, ਮੈਂ ਕਿਹਾ ਵੀ ਦੇਖ ਪਿਆਰਿਆ, ਪਹਿਲੀ ਤਾਂ ਗੱਲ ਇਹ ਹੈ ਕਿ ਮੇਰਾ ਪੱਤਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਉਹ ਗਰੀਬ ਦਾ ਸਭ ਕੁਛ ਬੰਦ ਹੋ ਜਾਏਗਾ, ਨਹੀਂ ਤਾਂ ਪੱਤਰ ਪਹੁੰਚੇ ਤਾਂ ਫੇਰ ਪੁੱਛ ਲਿਓ। ਹੁਣ ਜਿਸ ਨੇ ਝਲਕ ਅੰਦਰ ਇੱਕ ਵਾਰੀ ਦੇਖ ਲਈ ਹੋਵੇ, ਉਹਦਾ ਉਹਦੀ ਹਾਲਤ ਪੁੱਛੋ ਕੀ ਹੁੰਦੀ ਹੈ। ਉਸ ਨੇ ਆਪਦੇ ਪਰਿਵਾਰ ਨੂੰ ਨਾਮ ਵੀ ਦਵਾਇਆ, ਮੇਰੇ ਕੋਲ ਜਦ ਵੀ ਉਹ ਆਉਂਦਾ ਹੈ ਤੜਫਦਾ ਬੜਾ ਹੈ, ਮੈਂ ਕਹਿੰਦਾ ਵੀ ਅੱਛਾ ਕੋਸ਼ਿਸ਼ ਕਰ, ਉਹ ਦਿਆ ਸੀ। ਹੁਣ ਤੁਸੀਂ ਦੇਖੋ ਕਿ ਅਸੀਂ ਤਾਂ ਇੰਨੇ ਹੀਰਖਾ ਦੇ ਭਰੇ ਹੈ ਕਿ ਜੇ ਕਿਸੇ ਨੇ ਪ੍ਰੇਮੀ ਨੇ ਖੁਸ਼ੀ ਵਿੱਚ ਆ ਕੇ ਸਾਨੂੰ ਵਿਚਾਰਾ ਦੱਸ ਬੈਠਾ ਭੋਲੇਪਨ 'ਚ, ਤੇ ਕਿੰਨੀ ਹੀਰਖਾ ਹੈ। ਐਸੇ ਹੀ ਭਾਈ ਬੇਲੇ ਵੇਲੇ ਹੋਈ ਸੀ। ਤਾਂ ਭਾਈ ਬੇਲਾ ਇੱਕ ਜ਼ਿਮੀਂਦਾਰ ਸੀਗਾ, ਜਦ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਗਏ, ਉਹ ਉਹਨਾਂ ਨੂੰ ਪੁੱਛਣ ਲੱਗੇ, ਕਿਉਂ ਵੀ ਪਿਆਰਿਆ ਕੋ ਪੜ੍ਹਿਆ ਲਿਖਿਆ ਵੀ ਹੈ? ਉਹ ਕਹਿੰਦਾ ਜੀ ਨਹੀਂ। ਫੇਰ ਕੇ ਤੈਨੂੰ ਕੋਈ ਹੋਰ ਸ਼ਾਸਤਰ ਵਿੱਦਿਆ ਆਉਂਦੀ ਹੈ? ਕਹਿੰਦਾ ਜੀ ਨਹੀਂ, ਮੈਂ ਜੱਟ ਹੈ, ਮੈਨੂੰ ਘੋੜਿਆਂ ਦੀ ਸੇਵਾ ਕਰਨ ਦਾ ਬੜਾ ਸ਼ੌਕ ਹੈ ਔਰ ਮੈਂ ਮਾਹਰ ਹਾਂ ਇਹਦੇ ਵਿੱਚ। ਉਹਨਾਂ ਨੇ ਉਹਨਾਂ ਨੂੰ ਘੋੜਿਆਂ ਦੀ ਸੇਵਾ ਵਿੱਚ ਲਾ ਦਿੱਤਾ। ਕਹਿਣ ਲੱਗੇ ਭਾਈ ਤੂੰ ਉਹ ਕਰਿਆ ਕਰ, ਇੱਕ ਤੁਕ ਸਾਥੋਂ ਰੋਜ਼ ਲੈ ਲਿਆ ਕਰ, ਨਾਲੇ ਪੜ੍ਹ ਲਿਆ ਕਰੇਗਾ। ਇੱਕ ਦਿਨ ਗੁਰੂ ਸਾਹਿਬ ਜੰਗ ਨੂੰ ਜਾ ਰਹੇ ਸੀ, ਤੁਹਾਨੂੰ ਪਤਾ ਹੈ ਕਿ ਜਦ ਦੁਸ਼ਮਣ ਬੂਹੇ 'ਤੇ ਆਇਆ ਹੋਵੇ ਕਿੰਨੀ ਉਦੋਂ ਲਗਨ ਨਾਲ ਸਾਨੂੰ ਉਹਦਾ ਮੁਕਾਬਲਾ ਕਰਨਾ ਪੈਂਦਾ ਹੈ। ਜੇ ਥੋੜ੍ਹੀ ਜਿਹੀ ਵੀ ਇੱਕ ਸਕਿੰਟ ਦੀ ਵੀ ਢਿੱਲ ਹੋਵੇ ਤਾਂ ਦੁਸ਼ਮਣ ਸਾਡੇ 'ਤੇ ਫਤਿਹ ਪਾ ਲੈਂਦਾ ਹੈ। ਉਸ ਟਾਈਮ 'ਤੇ ਜਦੋਂ ਗੁਰੂ ਸਾਹਿਬ ਜਾਣ ਲੱਗੇ, ਕਹਿਣ ਲੱਗਾ ਜੀ ਮੇਰੀ ਤੁੱਕ ਦੇ ਜਾਓ, ਕਿਉਂਕਿ ਗੁਰੂ ਨੇ ਜੋ ਕਿਹਾ ਸੀ ਵੀ ਭਾਈ ਤੂੰ ਸਾਥੋਂ ਰੋਜ਼ ਇੱਕ ਤੁੱਕ ਲੈ ਲਿਆ ਕਰ। ਤਾਂ ਗੁਰੂ ਸਾਹਿਬ ਬੜੇ ਹੱਸ ਜੇ ਨਾਲ ਕਹਿਣ ਲੱਗੇ, ਵਾਹ ਭਾਈ ਬੇਲਾ ਨਾ ਪਛਾਣੇ ਵਕਤ ਨਾ ਬੇਲਾ, ਕਿਉਂਕਿ ਵੀ ਮੈਂ ਕਿਸ ਕੰਮ ਨੂੰ ਜਾ ਰਿਹਾ, ਕਿੰਨਾ ਇਹ ਜ਼ਰੂਰੀ ਹੈ, ਅਤੇ ਤੂੰ ਵੇਲਾ ਵਕਤ ਵੀ ਨਹੀਂ ਦੇਖਦਾ। ਉਹ ਹੁਣ ਸੱਚਾ ਸੀ ਦਿਲੋਂ, ਉਸ ਨੇ ਗੁਰੂ ਦੀ ਉਸੇ ਨੂੰ ਹਦੀਸ ਸਮਝਿਆ, ਪਵਿੱਤਰ ਗੁਰਬਾਣੀ ਸਮਝਿਆ ਕਿ ਜੋ ਕੁਛ ਗੁਰੂ ਕਹਿੰਦੇ ਹੈ ਉਹ ਠੀਕ ਹੈ। ਉਹ ਸਾਰਾ ਦਿਨ ਘੋੜੇ ਵੀ ਸਾਂਭਦਾ ਰਿਹਾ ਔਰ ਇਹ ਤੁੱਕ ਨੂੰ ਵੀ ਰੱਟਦਾ ਰਿਹਾ। ਹੁਣ ਜਿਹੜੇ ਅਸੀਂ ਪੜ੍ਹੇ ਲਿਖੇ ਹੁੰਦੇ ਹੈ, ਜਿਨ੍ਹਾਂ ਨੂੰ ਨੁਕਤਾਚੀਨੀ ਦੀ ਆਦਤ ਹੁੰਦੀ ਹੈ, ਉਹ ਸਾਰੇ ਹੱਸਣ, ਬੇਲਾ ਗੁਰੂ ਸਾਹਿਬ ਦਾ ਪਿੱਛਾ ਛਡਾ ਕੇ ਗਏ, ਇਹ ਉਸੇ ਨੂੰ ਲੱਗਿਆ ਪਿਆ। ਜਦ ਗੁਰੂ ਸਾਹਿਬ ਸ਼ਾਮ ਨੂੰ ਆਏ, ਕਹਿਣ ਲੱਗੇ ਜੀ ਕੋਈ ਤੁਸੀਂ ਭਾਈ ਬੇਲੇ ਨੂੰ ਤੁੱਕ ਦੱਸ ਗਏ ਸੀ? ਉਹ ਕਹਿੰਦੇ ਵੀ ਅਸੀਂ ਤਾਂ ਇਹਨੂੰ ਕੋਈ ਤੁੱਕ ਨਹੀਂ ਦੱਸੀ।
ਅਗੇ ਜੀ, ਇਹ ਤਾਂ ਸੁਭਾ ਦਾ ਜਿਹੜਾ ਤੁਸੀਂ ਜਾਂਦੇ ਆ ਕੇ ਸੀ ਨਾ, ਉਸੇ ਗੱਲ ਨੂੰ ਪਕੜੀ ਬੈਠਾ ਹੈ। ਉਹਨੂੰ ਬੁਲਾਇਆ, ਕਿਉਂ ਭਾਈ ਕੀ ਬੋਲਦਾ ਹੈ? ਉਹ ਕਹਿੰਦਾ ਜੀ, ਤੁਸੀਂ ਕਹਿ ਜੋ ਗਏ ਸੀਗੇ ਕਿ ਵਾਹ ਭਾਈ ਵੇਲਾ ਨਾ ਪਛਾਣੇ, ਨਾ ਪਛਾਣੇ ਵਕਤ ਅਤੇ ਨਾ ਪਛਾਣੇ ਵੇਲਾ। ਗੁਰੂ ਸਾਹਿਬ ਨੇ ਆਪਣੀ ਪੂਰੀ ਤਵੱਜੋ ਦੇ ਕੇ ਕਹਿਣ ਲੱਗੇ, ਹਾਂ ਭਾਈ ਜੀ ਨੇ ਕੋਈ ਵੇਲਾ ਵਕਤ ਨਹੀਂ ਵਿਚਾਰਿਆ, ਉਸੇ ਨੇ ਪਾਇਆ ਹੈ। ਹੁਣ ਦਿਨ ਰਾਤ ਜਦੋਂ ਭਾਈ ਵੇਲੇ ਦੀ ਸੁਰਤ ਲੱਗੀ ਦੇਖੀ, ਤਾਂ ਸਭ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਇਸ ਦਰਬਾਰ ਦੇ ਵਿੱਚ ਇਨਸਾਫ ਨਹੀਂ। ਕੋਈ ਆਖੇ ਮੈਨੂੰ 20 ਸਾਲ ਹੋ ਗਏ, ਮੈਂ ਫਲਾਨੇ ਜੰਗ ਵਿੱਚ ਗਿਆ ਸੀਗਾ, ਉੱਥੇ ਬੜੀ ਬਹਾਦਰੀ ਵਿਖਾਈ ਸੀ। ਕੋਈ ਆਖੇ ਮੈਂ ਇੰਨਾ ਚਿਰ ਹੋ ਗਿਆ ਤੁਹਾਡਾ ਖੇਤੀਬਾੜੀ ਦਾ ਕੰਮ ਕਰਦਾ ਹੈ। ਕੋਈ ਆਖੇ ਜੀ ਮੈਂ ਲੰਗਰ 'ਚ ਇੰਨਾ ਹੋ ਗਿਆ ਸੇਵਾ ਕਰਦੇ ਨੂੰ। ਆਪੋ ਆਪਣੀਆਂ ਸ਼ਿਕਾਇਤਾਂ ਹਰ ਇੱਕ ਨੇ ਧਰ ਦਿੱਤੀਆਂ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਉਣ ਦੀ ਖਾਤਰ ਕਹਿਣ ਲੱਗੇ, ਤੁਸੀਂ ਭੰਗ ਲਿਆਓ ਭਾਈ। ਭੰਗ ਲਿਆਂਦੀ, ਕਹਿੰਦੇ ਇਹਨੂੰ ਰਗੜੋ, ਘੋਟੋ। ਜਦ ਹੁਣ ਆਪਾਂ ਇਸ ਭੰਗ ਨੂੰ ਜਿੰਨਾ ਘੋਟਾਂਗੇ ਰਗੜਾਂਗੇ, ਉਨਾ ਇਹਦੇ ਵਿੱਚ ਨਸ਼ਾ ਜ਼ਿਆਦਾ ਬਣ ਜਾਂਦਾ ਹੈ। ਕੁਝ ਸਿੱਖਾਂ ਨੂੰ ਤਾਂ ਇਹ ਕਹਿ ਦਿੱਤਾ ਵੀ ਭਾਈ ਉਹ ਸਿੱਖੀ ਤੋਂ ਖਾਰਜ ਕੀਤਾ ਜਾਏਗਾ ਜਿਹੜਾ ਗਲੇ ਤੋਂ ਥੱਲੇ ਨਗਾਏਗਾ, ਇਸ ਦੀ ਕੁਰਲੀ ਕਰਕੇ ਸਿੱਟਣੀ ਹੈ। ਕੁਛ ਨੂੰ ਇਹ ਕਿਹਾ ਕਿ ਤੁਸੀਂ ਬਈ ਇਸ ਦੀਆਂ ਘੁੱਟਾਂ ਭਰ ਲੈਣੀਆਂ ਹਨ। ਹੁਣ ਜਿਨ੍ਹਾਂ ਨੇ ਘੁੱਟਾਂ ਭਰੀਆਂ ਸੀ ਉਹਨਾਂ ਨੂੰ ਪੁੱਛਿਆ ਥੋੜ੍ਹੇ ਚਿਰ ਬਾਅਦ, ਕਿਉਂ ਬਈ ਕਿਵੇਂ ਹੈ, ਕੋਈ ਸਰੂਰ ਹੈ? ਉਹ ਕਹਿੰਦੇ ਪੁੱਛੋ ਹੀ ਨਾ ਜੀ, ਬਸ ਅਸਮਾਨ ਲੀਲਾ ਹੀ ਦਿਸਦਾ ਹੈ, ਉੱਡੇ ਹੀ ਫਿਰਦੇ ਹੈ। ਜਦ ਉਹ ਦੂਜਿਆਂ ਨੂੰ ਪੁੱਛਿਆ ਤਾਂ ਮਹਾਰਾਜ ਸਾਵਨ ਸਿੰਘ ਕਹਿੰਦੇ ਹੁੰਦੇ ਸੀ ਕਿ ਇਹ ਵੀ ਆਪਦਾ ਐਬ ਖੁਦ ਹੀ ਦੱਸ ਦਿੰਦਾ ਹੈ। ਜਦ ਦੂਸਰਿਆਂ ਨੂੰ ਪੁੱਛਿਆ ਜਿਨ੍ਹਾਂ ਨੂੰ ਕਿਹਾ ਸੀ ਗੱਲ ਤੋਂ ਨੀਚੇ ਨਹੀਂ ਟਪਾਉਣੀ ਗੀ, ਉਹ ਕਹਿੰਦੇ ਜੀ ਜੇ ਪੀਂਦੇ ਅੰਦਰ ਨਗਾਉਂਦੇ ਤਾਂ ਇਹਦਾ ਕੋਈ ਨਸ਼ਾ ਆਉਂਦਾ? ਅਸੀਂ ਤਾਂ ਕੁਰਲੀਆਂ ਕਰਕੇ ਸਿੱਟੀਆਂ ਹਨ। ਤਾਂ ਗੁਰੂ ਸਾਹਿਬ ਕਹਿੰਦੇ ਤੁਹਾਡੇ ਸਵਾਲ ਦਾ ਇਹੀ ਜਵਾਬ ਹੈ, ਤੁਸੀਂ ਜੋ ਸਤਸੰਗ ਸੁਣਦੇ ਹੋ, ਜੋ ਗੁਰਬਾਣੀ ਪੜ੍ਹਦੇ ਹੋ, ਉਹਦੀਆਂ ਕੁਰਲੀਆਂ ਕਰਕੇ ਸਿੱਟੀ ਜਾਂਦੇ ਹੋ, ਸਤਸੰਗ ਦੇ ਜੋ ਬਚਨ ਹੈ ਇਸ ਕੰਨੋਂ ਪਾ ਕੇ ਤੇ ਇਸ ਟਪਾ ਦਿੰਦੇ ਹੋ। ਤੋ ਇਸ ਨੇ ਉਹ ਆਪਦੇ ਅੰਦਰ ਜਜ਼ਬ ਸਮਝ ਲਿਆ, ਬੇਸ਼ੱਕ ਛੋਟਾ ਜਿਹਾ ਲਫ਼ਜ਼ ਸੀ ਪਰ ਇਹਦੀ ਸ਼ਰਧਾ ਸੀ, ਇਹਦਾ ਪਿਆਰ ਸੀ। ਸੋ ਇਸ ਵਾਸਤੇ ਸੇ ਗੁਣ ਮੰਜਨ ਆਵਣੀ ਹੋ, ਇਹ ਗੁਣ ਮੇਰੇ ਵਿੱਚ ਕੇ ਹੈ ਨਹੀਂ, ਮੈਂ ਕਿਹਨੂੰ ਦੋਸ਼ ਦੇਵਾਂ ਜੀ। ਸੇ ਗੁਣ ਮੰਜਨਾ ਆਵਣੀ ਹੋ ਕੈ ਜੀ ਦੋਸ਼ ਤਰੇ ਓ ਜੀਓ, ਕਿਆ ਗੁਣ ਤੇਰੇ ਵੇਥਰਾ ਹੋ, ਕਿਆ ਕਿਆ ਕਿਣਾ ਤੇਰਾ ਨਾਂ ਜੀਓ। ਮੈਂ ਤੇਰੇ ਕਿਹੜੇ ਗੁਣ ਬਿਆਨ ਕਰਾਂ ਹੇ ਸਤਿਗੁਰੂ, ਮੈਂ ਤੈਨੂੰ ਕਿਸ ਨਾਮ ਨਾਲ ਯਾਦ ਕਰਾਂ? ਤੇਰੇ ਤਾਂ ਅਨੇਕ ਹੀ ਗੁਣ ਹੈ, ਤੂੰ ਬੇਅੰਤ ਹੈ, ਤੇਰਾ ਕੌਣ ਅੰਤ ਪਾਏਗਾ? ਜੈ ਜਿਹੜੇ ਤੈਂ ਗੁਣ ਕਰਦਾ ਹੈ, ਸਾਡੇ ਜੀਵਾਂ 'ਤੇ ਰਹਿਮ ਕਰਦਾ ਹੈ, ਉਹ ਮੈਂ ਕਿੱਥੋਂ ਬਿਆਨ ਕਰਾਂ ਜੀ। ਕਿਆ ਗੁਣ ਤੇਰੇ ਵੇਥਰਾ ਹੋ, ਕਿਆ ਕਿਆ
ਕਿਣਾ ਤੇਰਾ ਨਾਂ ਜੀਓ। ਏਕਤ ਟੋਲ ਨਾ ਅੰਬੜਾ ਹੋ ਸਾਧ ਕੁਰਬਣ ਤੇਰੇ ਨਾਂ ਜੀਓ। ਮੈਂ ਤਾਂ ਤੇਰਾ ਇੱਕ ਗੁਣ ਵੀ ਬਿਆਨ ਨਹੀਂ ਕਰ ਸਕਦੀ। ਮੈਂ ਕੀ ਕਹਾਂ ਕਿ ਕਿਸ ਤਰ੍ਹਾਂ ਤੂੰ ਸਾਡੇ ਜੀਵਾਂ ਦੀ ਖਾਤਰ ਆਪਣਾ ਉਹ ਸ਼ਾਂਤੀ ਦਾ ਦੇਸ਼, ਜਿੱਥੇ ਮੌਤ ਨਹੀਂ, ਪੈਦਾਇਸ਼ ਨਹੀਂ, ਜਿੱਥੇ ਕੋਈ ਦੁੱਖ ਦਿਖਾਉਂਦਾ ਨਹੀਂ, ਜਿੱਥੇ ਹੀਰਸ਼ਾ ਔਰ ਸਾੜਾ ਨਹੀਂ ਗਾ, ਜਿੱਥੇ ਭਾਸ਼ਾ ਦਾ ਕੋਈ ਝਗੜਾ ਨਹੀਂ, ਉਸ ਨੂੰ ਛੱਡ ਕੇ ਕਿਸ ਤਰ੍ਹਾਂ ਟੱਟੀ ਪਿਸ਼ਾਬ ਦਾ ਚੋਲਾ ਧਾਰਿਆ, ਕਿਸ ਤਰ੍ਹਾਂ ਬਿਮਾਰੀਆਂ ਦੇ ਖੋਲ ਨੂੰ ਲੈ ਕੇ ਤੂੰ ਸੰਸਾਰ ਦੇ ਵਿੱਚ ਆਇਆ ਹੈ। ਮੈਂ ਤੈਨੂੰ ਕੀ ਵਡਿਆਈ ਦੇਵਾਂ, ਕੀ ਤੇਰੇ ਮੈਂ ਗੁਣ ਬਿਆਨ ਕਰਾਂ ਜੀ। ਏਕਤ ਟੋਲ ਨਾ ਅੰਬੜਾ ਹੋ ਸਾਧ ਕੁਰਬਣ ਤੇਰੇ ਜਾਓ ਜੀਓ। ਸੋਏ ਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ। ਸੇਵਾਸਤੂ ਸੈ ਦੇਤੀਆਂ ਮੈਂ ਤਿੰਨ ਸਿਉ ਲਾਇਆ ਚੇਤ ਜੀਓ। ਔਰਤਾਂ ਨੂੰ ਹਾਰ ਸ਼ਿੰਗਾਰ ਲਾਉਣ ਦੀ ਬੜੀ ਅੰਦਰੋਂ ਖੁਸ਼ੀ ਹੁੰਦੀ ਹੈ। ਜਿਹੜਾ ਪਿਆਰਾ ਪਤੀ ਹੁੰਦਾ ਹੈ ਉਹ ਆਪਣੀ ਔਰਤ ਦੀ ਹਰ ਜ਼ਰੂਰਤ ਪੂਰੀ ਕਰਦਾ ਹੈ। ਜੋ ਉਹਦੀ ਮੰਗ ਸੀ, ਜੋ ਉਹਦਾ ਚਾਹ ਸੀ, ਸੋਨਾ, ਮੋਤੀ, ਹੀਰੇ, ਸਭ ਕੁਛ ਉਹਦੇ ਵਾਸਤੇ ਹਾਰ ਹਮੇਲ ਹਰ ਚੀਜ਼ ਲਿਆ ਕੇ ਦੇ ਦਿੱਤੀ। ਹੁਣ ਹੱਕ ਤਾਂ ਇਹ ਬਣਦਾ ਸੀ, ਆਤਮਾ ਕਹਿੰਦੀ ਹੈ ਕਿ ਮੈਂ ਇਸੇ ਪਤੀ ਦਾ ਧੰਨਵਾਦ ਕਰਾਂ, ਉਸ ਨੂੰ ਹੋਰ ਵੀ ਮੈਂ ਉੱਚਾ ਕਰਕੇ ਬਿਆਨ ਕਰਾਂ ਕਿ ਮੇਰੇ ਉੱਤੇ ਸਭ ਕੁਛ ਕੁਰਬਾਨ ਕਰਤਾ ਹੈ। ਕਹਿਣ ਲੱਗੀ ਕਿ ਮੈਂ ਉਹਨਾਂ ਦੇ ਵਿੱਚ ਮਨ ਲਾ ਲਿਆ, ਤੋ ਦੇਣ ਵਾਲੇ ਨੂੰ ਭੁੱਲ ਗਈ ਕਿ ਅਸੀਂ ਦੁਨੀਆਂ ਦੇ ਸਮਾਨ ਮੰਗਦੇ ਹਾਂ, ਪੁੱਤ ਮੰਗਦੇ ਹਾਂ, ਧੀ ਮੰਗਦੇ ਹਾਂ, ਤੰਦਰੁਸਤੀ ਮੰਗਦੇ ਹਾਂ, ਹੱਟ ਹਮੇਲੀ ਸਭ ਕੁਛ ਮੰਗਦੇ ਹਾਂ, ਉਹ ਪ੍ਰਭੂ ਸਾਨੂੰ ਸਭ ਕੁਛ ਦਿੰਦਾ ਹੈ। ਅਸੀਂ ਕੀ ਕਰਦੇ ਹਾਂ, ਉਹ ਦੇਣ ਵਾਲੇ ਦਾਤੇ ਨੂੰ ਭੁੱਲੀ ਬੈਠੇ ਹੈ, ਉਹ ਦਾਤਾ ਨਾਲ ਪਿਆਰ ਪਾਇਆ ਹੋਇਆ ਹੈ। ਚਾਹੀਦਾ ਕੀ ਸੀ ਕਿ ਜਦੋਂ ਉਸ ਮਾਲਕ ਨੇ ਸਭ ਕੁਛ ਸਾਨੂੰ ਦੇ ਦਿੱਤਾ ਹੈ, ਅਸੀਂ ਉਸ ਨੂੰ ਯਾਦ ਕਰੀਏ, ਉਹਦਾ ਧੰਨਵਾਦ ਕਰੀਏ। ਤੋ ਗੁਰੂ ਸਾਹਿਬ ਕਹਿੰਦੇ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਬੇ ਖੋਟ ਗਵਾਵੈ। ਏਕ ਵੀ ਨਾ ਦੇ ਤੋ ਦਸ ਵੀ ਹਿਰ ਲੇ, ਤੋ ਮੂੜਾ ਕਹੋ ਕਹਾਂ ਕਰੇ। ਉਹ ਪਰਮਾਤਮਾ ਨੇ ਬੇਅੰਤ ਵਸਤੂਆਂ ਦਿੱਤੀਆਂ ਹਨ। ਅਗਰ ਉਸ ਨੇ ਸਾਡੇ ਵਿੱਚੋਂ ਇੱਕ ਵਸਤੂ ਚੁੱਕ ਲਈ ਕਿ ਦੇਖਾਂ ਭਲਾ ਇਹ ਕਿੰਨਾ ਕੁ ਮੇਰੇ ਤੇ ਖੁਸ਼ ਹੈ ਜਾਂ ਕਿੰਨਾ ਕੁ ਮੇਰੇ ਤੇ ਨਾਰਾਜ਼ ਹੈ, ਆਪਾਂ ਫਿਰ ਕੀ ਕਰਦੇ ਹਾਂ, ਹਜ਼ਾਰਾਂ ਔਗਣ ਉਸ ਗੁਰੂ 'ਚ ਕੱਢਦੇ ਹਾਂ, ਪ੍ਰਭੂ ਪਰਮਾਤਮਾ 'ਚ ਕੱਢਦੇ ਹਾਂ। ਦੇਖੋ ਜੀ, ਮੇਰੇ ਨਾਲ ਇਸ ਤਰ੍ਹਾਂ ਦਾ ਕਿਉਂ ਹੋਇਆ, ਮੈਂ ਤਾਂ ਐਡਾ ਨੇਕ ਪਾਕ ਆਦਮੀ ਸੀਗਾ। ਹੁਣ ਤੁਸੀਂ ਸੋਚ ਕੇ ਦੇਖ ਲਓ, ਠੰਡੇ ਦਿਲ ਨਾਲ ਕੋਈ ਪਰਮਾਤਮਾ ਦਾ ਜਾਂ ਗੁਰੂ ਦਾ ਕਿਸੇ ਨਾਲ ਕੋਈ ਝਗੜਾ ਹੈ ਜਾਂ ਉਹਦੀ ਕੋਈ ਦੁਸ਼ਮਣੀ ਹੈ? ਕੀਤਾ ਆਈ ਪਾਈਆ ਆਪਣਾ
ਜਦ ਗੁਰੂ ਨਾਨਕ ਕਹਿੰਦੇ ਜਦੋਂ ਆਪਣਾ ਹੀ ਕੀਤਾ ਪਾਉਣਾ ਤੇ ਕਾਲ ਗੁਰੂ ਕਿਉਂ ਘਾਲੀਆ? ਤੁਸੀਂ ਹੁਣ ਹੀ ਸੋਚ ਕੇ ਦੇਖ ਲਓ, ਹੁਣ ਕੀ ਆਪਾਂ ਸੋਚਦੇ ਹਾਂ ਵੀ ਕਿਸੇ ਦਾ ਆਪਾਂ ਬੁਰਾ ਨਾ ਕਰੀਏ? ਸਾਡੇ ਜਿਮੀਦਾਰ ਲੋਕ ਕਹਿੰਦੇ ਮੈਂ ਇਹਨਾਂ ਜਿਮੀਦਾਰਾਂ 'ਚ ਹੀ ਰਹਿੰਦਾ ਹੈ। ਉਹ ਸੋਚ ਕੇ ਦੇਖ ਲਓ ਕਿ ਪਾਣੀ ਜਿਮੀਦਾਰਾਂ ਨੂੰ ਕਿਤਨਾ ਪਿਆਰਾ ਹੈ, ਕਿ ਇਹ ਸਾਰਿਆਂ ਨੂੰ ਪਿਆਰਾ ਨਹੀਂ, ਕਿ ਹਰ ਇੱਕ ਨੇ ਆਪਦੀ ਜੀਵਿਕਾ ਦਾ ਗੁਜ਼ਾਰਾ ਨਹੀਂ ਕਰਨਾ। ਅਸੀਂ ਕੀ ਕਰਦੇ ਹਾਂ? ਉੱਥੇ ਹਰ ਅਜੋਗ ਕੰਮ ਵਰਤਦੇ ਹਾਂ ਕਿ ਪਾਣੀ ਅੱਗੇ ਨਹਿਰ 'ਚ ਨਾ ਜਾਵੇ, ਬਸ ਸਾਡੇ ਖੇਤ 'ਚ ਆਵੇ। ਕੀ ਇਹ ਬੇਈਮਾਨੀ ਨਹੀਂ? ਜਦੋਂ ਅਸੀਂ ਉੱਥੇ ਨਾਲਾਂ ਫੱਟੀਆਂ ਲਾ ਕੇ ਜਿਸ ਔਲਾਦ ਨੂੰ ਖਵਾਵਾਂਗੇ, ਕੀ ਉਹ ਸਾਡੀ ਸੇਵਾ ਕਰੂਗੀ ਖਾ ਕੇ? ਸੋਚ ਕੇ ਦੇਖੋ, ਜੈਸਾ ਖਾਏ ਅੰਨ ਵੈਸਾ ਹੋਏ ਮਨ। ਮੇਰਾ ਦੋਸਤ ਸੀ ਚੰਨਣ ਸਿੰਘ, ਮਹਾਰਾਜ ਸਾਵਣ ਦਾ ਨਾਮ ਲੇਵਾ, ਇੱਕ ਦਿਨ ਉਹ ਮੇਰੇ ਪਾਸ ਬੈਠਾ ਬੈਠਾ, ਕਿਉਂਕਿ ਅਸੀਂ 2 ਵਜੇ ਅਭਿਆਸ 'ਤੇ ਬਹਿ ਜਾਂਦੇ ਆਮ ਤੌਰ 'ਤੇ, ਕਦੇ 3 ਵਜੇ, ਤਾਂ ਉਹ 10 ਵਜੇ ਦੁਕਾਨ 'ਤੇ ਜਾਂਦਾ, ਤਾਂ ਅਸੀਂ 8-9 ਵਜੇ ਤਾਈਂ ਆਮ ਬੈਠਦੇ ਸੀਗੇ। ਇੱਕ ਦਿਨ ਮੈਨੂੰ ਕਹਿਣ ਲੱਗਿਆ ਕਿ ਤੁਹਾਡੀ ਸੁਰਤ ਇਸ ਵਾਸਤੇ ਟਿਕਦੀ ਹੈ ਕਿ ਤੁਹਾਡਾ ਅੰਨ ਅੱਛਾ ਹੈ। ਵੀ ਅਸੀਂ ਦੱਸਣਾ ਵੀ ਭਾ ਗਲਤ, ਲਾਉਣਾ ਵੀ ਗਲਤ। ਉਹ ਕੱਪੜੇ ਦੁਕਾਨ ਕਰਦਾ ਹੁੰਦਾ ਸੀਗਾ, ਉਹ ਕਹਿੰਦਾ ਹੁੰਦਾ ਅਸੀਂ ਮਿਣ ਦੀ ਵੀ ਗਿਰਾ ਘੱਟ ਕੋਸ਼ਿਸ਼ ਕਰਦੇ ਹਾਂ, ਭਾਅ ਵੀ ਘੱਟ ਵੱਧ ਦੱਸਣ ਦੀ ਕੋਸ਼ਿਸ਼ ਕਰਦੇ। ਹਾਲਾਂਕਿ ਉਸ ਦਾ ਜਿਹੜਾ ਪ੍ਰੋਗਰਾਮ ਸੀ ਉਹ ਇੱਕੋ ਹੀ ਮੁੱਲ ਕਰਦਾ ਹੁੰਦਾ ਸੀਗਾ। ਮੇਰੇ ਦੇਖਣ 'ਚ ਅੱਛਾ ਜੀਵਨ ਸੀ, ਪਰ ਫਿਰ ਵੀ ਉਸਨੂੰ ਇਹ ਸੀ ਕਿ ਅਸੀਂ ਕਿਤੇ ਨਾ ਕਿਤੇ ਬਾਣੀਆਂਪਨ ਦਿਖਾ ਬੈਠਦੇ ਹਾਂ। ਤਾਂ ਉਸਨੇ ਜਦ ਮੇਰੇ ਕੋਲ ਕਿਹਾ ਕਿ ਤੁਹਾਡਾ ਅੰਨ ਬੜਾ ਅੱਛਾ ਹੈ, ਮੈਂ ਹੱਸ ਕੇ ਕਿਹਾ ਹਾਂ ਹੈ ਤਾਂ ਅੱਛਾ, ਬਈ ਅਸੀਂ ਜਿਮੀਦਾਰ ਲੋਕ ਵੀ ਇੱਕ ਦਿਨ ਐਸਾ ਆਉਂਦਾ, 8 ਦਿਨਾਂ ਤੋਂ ਵਾਰੀ ਆਉਂਦੀ ਸਾਡੀ, 68 ਦਫੇ ਦੀ ਵਾਰੀ ਹੈ, 8 ਦਿਨਾਂ ਤੋਂ ਵਾਰੀ ਆਉਂਦੀ ਹੈ, ਉਹਦੇ ਸਾਡੀ ਕੋਸ਼ਿਸ਼ ਹੁੰਦੀ ਹੈ। ਇੱਕ ਦਫਾ ਦੀ ਗੱਲ ਹੈ ਮੇਰੇ ਪਿਛਲੇ ਪਿੰਡ ਦੀ, ਮੇਰੇ ਨੌਕਰ ਨੇ 1 ਕਿੱਲਾ ਬੇਈਮਾਨੀ ਦਾ ਲਾਇਆ। ਮੈਂ ਉਸਨੂੰ ਕਿਹਾ ਵੀ ਦੇਖ, ਜੇ ਤਾਂ ਪਰਮਾਤਮਾ ਕਿਰਪਾਲ ਹੋਇਆ ਦਿਆਲ ਤੇ ਆਪਾਂ ਨੂੰ ਇਹ ਖਾਣ ਨਹੀਂ ਦੇਵੇਗਾ, ਕਿਉਂ ਜੇ ਇਹ ਖਾਧਾ ਆਪਾਂ ਭਜਨ ਛੱਡ ਜਾਵਾਂਗੇ, ਜੇ ਉਹ ਦਿਆਲ ਨਾ ਹੋਇਆ ਤੇ ਫਿਰ ਆਪਾਂ ਇਹਨੂੰ ਆਰਾਮ ਨਾਲ ਖਾਵਾਂਗੇ। ਕੋਈ ਉੱਥੇ 40 ਕੁ ਮਰੱਬੇ ਲੋਕਾਂ ਨੇ ਨਹਿਰ ਤੋੜ ਕੇ ਛੋਲੇ ਬੀਜੇ ਹੋਏ ਸੀਗੇ, ਜਿਵੇਂ ਅੱਜ ਹੁਣ ਤੁਹਾਡੀ ਕਪਾਸ ਦੀ ਸੇਵਾ ਲੱਗੀ ਹੈ, ਇਸੇ ਤਰ੍ਹਾਂ ਉੱਥੇ ਪ੍ਰੇਮੀਆਂ ਨੇ ਪਹਿਲਾਂ ਜਿਹੜੇ ਖੇਤ 'ਚ ਪਾਣੀ ਨਹੀਂ ਪਿਆ ਸੀ ਛੋਲੇ ਵੀ ਕੱਟਤੇ, ਸਰੋਂ ਵੀ ਕੱਟਤੀ। ਜਿਹੜਾ ਉਹ 1 ਕਿੱਲਾ ਸੀ ਉਹ ਜੇ ਗਿੱਲਾ ਸੀ, ਉਹ 40 ਮਰਬੇ ਵੀ ਉਵੇਂ ਖੜੇ ਸੀ, ਬਾਕੀ ਸਾਰੇ ਪਿੰਡ ਦੀ ਫਸਲ ਕੱਟੀ ਗਈ ਸੀ। ਤਾਂ ਮੈਂ ਖੇਤ ਦੇ ਵਿੱਚ ਹੀ ਖੜਾ ਸੀਗਾ, ਬਸ ਬੱਦਲ ਮਾਮੂਲੀ ਜਿਹਾ ਆਇਆ, ਤਾਂ ਮੈਂ ਆਪਣੇ ਨੌਕਰ ਨੂੰ ਕਿਹਾ, ਮੈਂ ਕਿਹਾ ਲੈ ਵੀ ਨਿਆ ਹੋਣ ਲੱਗਿਆ। ਤੋ 5 ਮਿੰਟਾਂ 'ਚ ਇੰਨੇ ਨਿਗੜੇ ਆਏ। ਤੋ ਸਾਡੇ ਪਿੰਡ ਦੇ ਵਿੱਚੋਂ ਟੋਲੀਆਂ ਬੀਬੀਆਂ ਦੀਆਂ ਰੋਂਦੀਆਂ ਤੁਰੀਆਂ ਆਉਣ, ਕਿ ਤੁਹਾਨੂੰ ਪਤਾ ਹੈ ਕਿ ਜੱਟ ਦੇ ਜੀਵਨ ਜਿਹੜਾ ਉਹ ਫਸਲ 'ਤੇ ਹੈ। ਤੋ ਮੈਂ ਅੱਗੇ ਖੜਾ ਸੀਗਾ,
ਦੀਵਾਰ ਦੇ ਸਾਥ ਮੈਨੂੰ ਕਹਿਣ ਲੱਗੀਆਂ, ਕਿਵੇਂ ਆ, ਕੋਈ ਬਚਿਆ? ਮੈਂ ਕਿਹਾ ਹਾਂ, ਮੇਰੀ ਫਸਲ ਤਾਂ ਬਚ ਗਈ, ਕਿਉਂਕਿ ਮੇਰਾ ਮੁਰੱਬਾ ਸਾਰਿਆਂ ਤੋਂ ਅੱਗੇ ਸੀ। ਉਹ ਰੋਣੋ ਚੁੱਪ ਹੋ ਗਈਆਂ ਵੀ ਜਦ ਇਹਦਾ ਬਚ ਗਿਆ ਤੇ ਆਪਣੇ ਵੀ ਬਚੇ ਹੋਣੇ ਆ। ਜਦੋਂ ਅਗਲੇ ਪਾਸੇ ਦੇਖਿਆ ਤਾਂ ਅੱਗੇ ਬਿਲਕੁਲ ਛੋਲੇ ਜਿਹੜੇ ਹੁੰਦੇ ਆ ਤੁਹਾਨੂੰ ਪਤਾ ਕਿੱਡੀ ਜਲਦੀ ਚੜ ਜਾਂਦੇ ਹੈ, ਅੱਗੇ ਦੇਖਿਆ ਕੁਛ ਵੀ ਨਾ, ਜਿਹਦੇ ਵਿੱਚ ਮੇਰਾ ਵੀ ਉਹ ਕਿੱਲਾ ਜਿਹੜਾ ਸੀਗਾ ਉਹਦੇ ਨਾਲ ਕੁਛ ਨਹੀਂ ਸੀਗਾ। ਮੈਨੂੰ ਕਹਿਣ ਲੱਗੀਆਂ, ਤੂੰ ਬਾਬਾ ਕਹਿੰਦਾ ਸੀ ਮੇਰਾ ਕੋਈ ਨੁਕਸਾਨ ਨਹੀਂ ਹੋਇਆ, ਆਹ ਤਾਂ ਸਾਰਾ ਹੋਇਆ ਪਿਆ। ਮੈਂ ਆਖਿਆ ਮੇਰਾ ਨਹੀਂ ਸੀਗਾ। ਤਾਂ ਮੇਰਾ ਕਹਿਣ ਦਾ ਭਾਵ ਇਹ ਹੈ, ਮੈਂ ਚੰਨਣ ਸਿੰਘ ਨੂੰ ਦੱਸਿਆ, ਮੈਂ ਭਰਾਵਾ ਇਹ ਵੀ ਭਗਵਾਨ ਕਿਰਪਾ ਕਰੇ। ਤਾਂ ਮੇਰਾ ਹੁਣ ਵੀ ਇੱਥੇ ਨੌਕਰਾਂ ਨੂੰ ਕਿਹਾ ਹੋਇਆ ਵੀ ਦੇਖੋ ਪਿਆਰਿਓ, ਬੇਸ਼ੱਕ ਪਾਣੀ ਕੰਮ ਲੱਗੇ ਕੁਛ ਹੋਵੇ, ਪਰ ਜੇ ਫੱਟੀ ਲਾਈ ਤਾਂ ਵੇਖ ਲਓ। ਉਹ ਮਾਲਕ ਜਿਹੜਾ ਹੈ ਉਹ ਸਾਰਾ ਕੁਝ ਜਾਣਦਾ ਹੈ, ਉਹ ਅੰਦਰ ਬੈਠਾ ਹੈ। ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀ। ਸੋ ਇਸ ਵਾਸਤੇ ਆਪ ਕਹਿੰਦੇ, ਤੈਂ ਮੈਨੂੰ ਅਨੇਕਾਂ ਵਸਤੂਆਂ ਦਿੱਤੀਆਂ ਪਰ ਮੈਂ ਉਹਨਾਂ ਦੇ ਨਾਲ ਦਿਲ ਲਾ ਲਿਆ, ਮੈਂ ਤੇਰੇ ਨਾਲ ਉਹ ਦਿਲ ਫਿਰ ਵੀ ਨਾ ਲਾਇਆ ਕਿ ਹੇ ਪਰਮਾਤਮਾ ਤੈਂ ਮੈਨੂੰ ਇੰਨਾ ਕੁਛ ਦਿੱਤਾ ਹੈ, ਇੰਨੀ ਤੈਂ ਮੇਰੇ 'ਤੇ ਮਿਹਰ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਪਰਮਾਤਮਾ ਨੇ ਇਨਸਾਨ ਦਾ ਜਾਮਾ ਦਿੱਤਾ ਹੈ, ਤੁਸੀਂ ਪਸ਼ੂ ਪੰਛੀਆਂ ਦੀ ਹਾਲਤ ਵੇਖੋ, ਘੋੜਿਆਂ ਦੀ ਹਾਲਤ ਵੇਖੋ, ਲਾਗਾ ਲੱਗਿਆ ਹੁੰਦਾ ਹੈ, ਸਵਾਰੀਆਂ ਕਿੰਨੀਆਂ ਬੈਠੀਆਂ ਹੁੰਦੀਆਂ ਉੱਥੇ। ਤੋ ਧਾਂਗੇ ਵਾਲੇ ਕਹਿੰਦੇ ਹੈ ਜਿਹੜੇ ਉੱਪਰ ਬੈਠੇ ਹੈ ਵੀ ਬਕਸਰ ਸਟੇਸ਼ਨ ਤੇ ਨਾ ਪਹੁੰਚਾਇਆ ਪੈਸੇ ਨਹੀਂ ਦੇਵਾਂਗੇ, ਸਵਾਰੀਆਂ ਜ਼ਿਆਦਾ ਹੁੰਦੀਆਂ ਹਨ, ਉਹ ਸੜਕ ਤੋਂ ਪੈਰ ਫਿਸਲਦਾ ਡਿੱਗ ਪੈਂਦਾ ਹੈ, ਉਹ ਫਿਰ ਛੰਟਾ ਮਾਰ ਕੇ ਲਾ ਲੈਂਦਾ ਹੈ। ਕਿਹੜੀ ਮਾਂ ਹੈ ਜਿਹਨੂੰ ਕਹੇ ਕਿ ਮੇਰੇ ਚੋਟ ਲੱਗੀ ਹੈ, ਮੈਥੋਂ ਹੁਣ ਖਿੱਚਿਆ ਨਹੀਂ ਜਾਂਦਾ ਜਾਂ ਉੱਠਿਆ ਨਹੀਂ ਜਾਂਦਾ? ਕੋਈ ਕਚਹਿਰੀ ਹੈ ਜਾਨਵਰਾਂ ਵਾਸਤੇ ਬਈ? ਬੈਲਾਂ ਦੀ ਹਾਲਤ ਜ਼ਿਮੀਂਦਾਰਾਂ ਨੇ ਖੁਦ ਦੇਖੀਆਂ ਹੁੰਦੀਆਂ ਹਨ, ਮੈਂ ਆਪਣੇ ਅੱਖਾਂ ਨਾਲ ਦੇਖਿਆ ਹੋਇਆ ਹੈ। ਉਹਨਾਂ ਨੂੰ ਪੱਤ ਪਰਾਲ ਪਾਉਂਦੇ ਹੈ, ਜੋ ਅੱਛਾ ਗਿਰੀ ਹੈ ਦਾਣਾ ਹੈ ਉਹ ਖੁਦ ਜ਼ਿਮੀਂਦਾਰ ਖਾਂਦੇ ਹੈ, ਜਦੋਂ ਥੱਕ ਜਾਂਦੇ ਹੈ ਉਹਨਾਂ ਨੂੰ ਕੁੱਟਦੇ ਹੈ, ਹੋਰ ਥੱਕ ਜਾਂਦੇ ਹੈ ਬੈਠ ਜਾਂਦੇ ਸਿਆੜਾਂ ਦੇ ਵਿੱਚ, ਤਾਂ ਉਹ ਡੰਡੇ ਦੇ ਅੱਗੇ ਆਰ ਲਾਈ ਹੁੰਦੀ ਹੈ ਉਹ ਘਬਾਉਂਦੇ ਹੈ, ਬਾਜ ਦਫ਼ਾ ਇੰਨੇ ਥੱਕ ਜਾਂਦੇ ਉਹ ਆਰ ਵੀ ਸਹਿ ਲੈਂਦੇ ਹੈ, ਤਾਂ ਜੱਟ ਉਹਨਾਂ ਦਾ ਮੂੰਹ ਬੰਨ ਦਿੰਦੇ ਆ ਰੇਤਾ ਪਾ ਕੇ ਵੀ ਜੋ ਦਮ ਘੁੱਟਿਆ ਆਪੇ ਉੱਠੇਗਾ। ਤੁਸੀਂ ਦੇਖੋ ਕੋਈ ਹੈ ਅਦਾਲਤ ਲਈ, ਕੋਈ ਮਾਤਾ ਹੈ ਜਿਹਦੇ ਕੋਲ ਉਹ ਫਰਿਆਦ ਕਰੇ? ਇਹ ਕਿਉਂ ਐਸਾ ਹੋਇਆ? ਇਨਸਾਨੀ ਜਾਮੇ ਦੇ ਵਿੱਚ ਲਾਪਰਵਾਹੀ। ਕਬੀਰ ਸਾਹਿਬ ਨੇ ਕਿਹਾ, ਚਾਰ ਪੈਰ ਗੁੰਗ ਬੁੱਖ ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੈਂਗਾ ਪਰ ਹੈ ਤਬਕਤ ਮੁੰਡ ਲਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਪਾਟੇ ਨਾਕਨ ਟੂਟੇ ਕੰਧਨ। ਜਿੱਥੇ ਜੱਟ ਪੰਜਾਲੀ ਰੱਖਦੇ ਆ ਉਹ ਟੁੱਟਿਆ ਥਾਂ ਹੁੰਦਾ ਹੈ, ਨੱਕ ਪਾੜ ਕੇ ਨੱਥ ਪਾਉਂਦੇ ਹੈ। ਪਾਟੇ ਨਾਕਨ ਟੂਟੇ ਕੰਧਨ, ਕੋਦੋ ਕੋ ਪੁਸ ਖਈਆ, ਭੋ ਖਾਂਦੇ ਵਿਚਾਰੇ ਸਾਰਾ ਦਿਨ, ਡੋਲਤ ਬਨ ਮਈਆ ਅਜੋ ਨਾ ਪੇਟ ਅਗਈਆ। ਤੋ ਜਨ ਭਗਤਨ ਕਾ ਕਿਹਾ ਨਾ ਮਾਨਾ ਤੇ ਕੀ ਉਹ ਆਪਣੋ ਪਈਆ। ਸੰਤ ਮਹਾਤਮਾ ਦੀ ਪਕਾਰ ਅਸੀਂ ਸੁਣਦੇ ਨਹੀਂ ਗੇ, ਉਹ ਕਹਿੰਦੇ ਬਚੋ ਬਈ ਪਿਆਰਿਓ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ, ਮੈਂ ਉਹਨਾਂ ਵਸਤਾਂ ਨੂੰ ਪਿਆਰ ਕੀਤਾ, ਦਾਤ ਪਿਆਰੀ ਵਿਛੜਿਆ ਦਾ ਤਾਰਾ ਜੀ।
ਸੇਵਸਤੁ ਸੈ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚੇਤ ਜੀਓ ਮੰਦਰ ਮੇਟੀ ਸੰਦੜੇ ਪੱਥਰ ਕੀ ਤੇ ਰਾਸ ਜੀਓ ਹੋ ਏਨੀ ਟੋਲੀ ਪੁੱਲੀਅਸ ਤਿਸ ਕੰਤ ਨ ਬੈਠੀ ਪਾਸ ਜੀਓ। ਆਤਮਾ ਕਹਿੰਦੀ ਹੈ ਕਿ ਹੇ ਪਤੀ ਹੇ ਪਰਮਾਤਮਾ ਤੈਂ ਮੈਨੂੰ ਅੱਛੇ ਅੱਛੇ ਮਕਾਨ ਦਿੱਤੇ ਬਣਾ ਕੇ ਵਿੱਚ ਕੀਮਤੀ ਪੱਥਰ ਜੜ ਦਿੱਤੇ ਮੈਂ ਤੇਰੇ ਪਾਸ ਤਾਂ ਬੈਠੀ ਨਾ ਤੇਰੇ ਨਾਲ ਮਿਲਾਪ ਨਾ ਕੀਤਾ ਮੈਂ ਸਾਰਾ ਦਿਨ ਉਹਨਾਂ ਨੂੰ ਚਮਕਾਉਣ 'ਤੇ ਲੱਗੀ ਰਹੀ ਉਹਨਾਂ ਦੇ ਖਿਆਲ ਵਿੱਚ ਲੱਗੀ ਰਹੀ ਉਹਨਾਂ ਦੇ ਵਿੱਚ ਬੈਠ ਕੇ ਤੈਨੂੰ ਯਾਦ ਨਹੀਂ ਕੀਤਾ ਗਾ ਬੈਠਣਾ ਤਾਂ ਤੇਰੇ ਪਾਸ ਮੈਂ ਕੀ ਸੀਗਾ ਜੀ। ਹੋ ਏਨੀ ਟੋਲੀ ਪੁੱਲੀਅਸ ਤਿਸ ਕੰਤ ਨ ਬੈਠੀ ਪਾਸ ਜੀਓ ਅੰਬਰ ਕੂੰਜਾਂ ਕੁਰਲੀਆਂ ਬਾਗ ਬੈਠੇ ਆਏ ਜੀਓ। ਹੁਣ ਕੀ ਹਾਲਤ ਆਤਮਾ ਦੱਸਦੀ ਹੈ ਜਵਾਨੀ ਗਈ ਹੈ ਬੁਢਾਪਾ ਆ ਗਿਆ ਹੈ ਬਾਲ ਕਾਲਿਆਂ ਤੋਂ ਚਿੱਟੇ ਬਗਲੇ ਦੀ ਤਰ੍ਹਾਂ ਹੋ ਗਏ ਹੈ ਔਰ ਸਿਰ ਦੇ ਵਿੱਚ ਜਿਵੇਂ ਕੂੰਜਾਂ ਕਰਲਾਉਂਦੀਆਂ ਹਨ ਕਦੇ ਬਿੰਡੇ ਬੋਲਦੇ ਹੈ ਕਦੇ ਕਾਰ ਦੇ ਹਾਰਨ ਬੋਲਦੇ ਹੈ ਮੈਨੂੰ ਬੁੱਢੇ ਦੱਸਦੇ ਹੁੰਦੇ ਹੈ ਉਹ ਕਹਿੰਦੇ ਹੁੰਦੇ ਕਦੇ ਹਵਾਈ ਜਹਾਜ਼ ਚੱਲਦਾ ਹੈ। ਹੁਣ ਤੁਸੀਂ ਦੇਖੋ ਵੀ ਸਿਰ ਦੇ ਵਿੱਚ ਹਵਾਈ ਜਹਾਜ਼ ਕਿੱਧਰੋਂ ਆ ਗਿਆ ਕਿਹੜੀ ਕਾਰ ਦਾ ਉੱਥੇ ਹਾਰਨ ਵੱਜਦਾ ਹੈ। ਹੁਣ ਬੁਢੇਪੇ ਦੇ ਵਿੱਚ ਵਿਸ਼ੇ ਬਕਾਰਿਆਂ 'ਚ ਸਾਰਾ ਜਿਹੜਾ ਸਿਰ ਦਾ ਖੋਪੜ ਦੇ ਵਿੱਚ ਦਿਮਾਗ ਸੀ ਉਹ ਤਾਂ ਕੱਢ ਲਿਆ ਅਤੇ ਪਿੱਛੋਂ ਖੋਲਾ ਸਿਰ ਰਹਿ ਗਿਆ ਖੋਪੜ ਰਹਿ ਗਿਆ ਉਹਦੇ ਵਿੱਚ ਕੀ ਆ ਵੀ ਆਵਾਜ਼ਾਂ ਹੀ ਆਉਣੀਆਂ ਨਾ ਹੁਣ। ਜਿਵੇਂ ਕੂੰਜਾ ਸਮਾਨ 'ਚ ਰੌਲਾ ਪਾਉਂਦੀਆਂ ਇਸ ਤਰ੍ਹਾਂ ਅੰਦਰ ਫਿਰ ਬੁੱਢੇ ਵੇਲੇ ਸਿਰ ਦਾ ਉਹ ਰੌਲਾ ਪਾਉਂਦਾ ਹੈ ਪਹਿਲਾਂ ਜ਼ਿੰਦਗੀ ਸੰਭਾਲੀ ਨਹੀਂ ਤਾਂ ਵਾਲ ਚਿੱਟੇ ਹੋ ਜਾਂਦੇ ਹੈ ਫਿਰ ਅਸੀਂ ਕਹਿੰਦੇ ਹਾਂ ਸ਼ਾਇਦ ਲਕੋ ਲਓ ਫਿਰ ਅਸੀਂ ਕੋਈ ਰੰਗ ਲਾ ਲੈਂਦੇ ਹੈ ਵੀ ਸ਼ਾਇਦ ਉਹਨੂੰ ਨਾ ਹੀ ਪਤਾ ਲੱਗੇ ਜੀ। ਅੰਬਰ ਕੂੰਜਾਂ ਕੁਰਲੀਆਂ ਬਾਗ ਬੈਠੇ ਆਏ ਜੀਓ ਸਾਤਨ ਚੱਲੀ ਸਾਹਰੇ ਕਿਆ ਮੋਦੇਸੀ ਅੱਗੇ ਜਾਏ ਜੀਓ। ਬੀਬੀਆਂ ਨੂੰ ਆਮ ਪਤਾ ਹੈ ਕਿ ਲੜਕੀਆਂ ਜੇ ਘਰੇ ਕੋਈ ਕੰਮ ਨਹੀਂ ਕਰਦੀਆਂ ਅੱਜ ਕੱਲ੍ਹ ਤਾਂ ਰਸਮ ਰਿਵਾਜ ਐਸਾ ਹੀ ਹੈ ਕਿ ਗਏ ਦੁਕਾਨ ਤੋਂ ਤੁਰਤ ਸਮਾਨ ਲੈ ਆਉਂਦੇ ਹੈ ਜਿਸ ਵਕਤ ਦੀ ਇਹ ਬਾਣੀ ਲਿਖੀ ਹੈ। ਖੈਰ ਇਦੋਂ ਕੋਈ 30 ਸਾਲ ਪਹਿਲਾਂ ਹੀ ਇਹ ਰਿਵਾਜ ਹੁੰਦਾ ਸੀਗਾ ਲੜਕੀਆਂ ਸਾਰੀ ਸਾਰੀ ਜ਼ਿੰਦਗੀ ਕੱਪੜਿਆਂ 'ਤੇ ਕਢਾਈ ਕਰਦੀਆਂ ਕਸੀਦਾ ਕਰਦੀਆਂ ਸੀਗੀਆਂ ਉਹ ਬੜੇ ਇੱਕ ਮਸ਼ਕਤ ਵਾਲਾ ਕੰਮ ਸੀ
ਜਿਹੜੀ ਲੜਕੀ ਘਰੇ ਇਹੋ ਜਿਹਾ ਕੰਮ ਨਹੀਂ ਕਰਦੀ ਸੀ ਤੇ ਮਾਤਾ ਉਸ ਨੂੰ ਕੀ ਮਿਹਣੇ ਮਾਰਦੀ ਸੀ, ਚੰਗਾ ਲੈ ਜੀ ਉੱਥੇ ਸੱਸ ਨੂੰ ਵਿਖਾ ਦੀ, ਕੀ ਵਿਖਾਏਗੀ। ਹੁਣ ਇਹ ਆਤਮਾ ਕਹਿੰਦੀ ਹੈ ਕਿ ਮੈਂ ਉੱਥੇ ਕੀ ਦਿਖਾਉਂਗੀ ਸਹੁਰਿਆਂ ਦੇ ਵਿੱਚ ਜਾ ਕੇ ਕਿ ਇਹ ਕੀ ਲਿਆਈ ਹੈ। ਤੁਹਾਨੂੰ ਪਤਾ ਹੈ ਕਿ ਲੜਕੀ ਦਾ ਆਦਰ ਮਾਨ ਮਾਪਿਆਂ ਦੇ ਸਿਰ 'ਤੇ ਹੀ ਹੁੰਦਾ ਹੈ। ਅੱਜ ਦਾ ਖਾਸ ਰਿਵਾਜ ਹੈ ਕਿ ਜਿਹੜੀ ਅੱਛਾ ਦਾਜ ਲਿਆਉਂਦੀ ਹੈ ਲੋਕ ਆਦਰ ਹੀ ਉਹਦਾ ਕਰਦੇ ਹੈ, ਕਿਉਂਕਿ ਇਹ ਇੱਕ ਨਹਾਇਤ ਬੁਰੀ ਬਾਤ ਹੈ ਜਿਹੜੀ ਕਿ ਸਾਡਾ ਰਿਸ਼ਤੇ ਦਾ ਪਿਆਰ ਨਹੀਂ ਰਹਿਣ ਦਿੰਦੀ ਗੀ। ਤੁਸੀਂ ਦੇਖ ਲਓ ਕੁੜੀ ਮੁੰਡੇ ਦਾ ਰਿਸ਼ਤਾ ਕਿਤੇ ਕਿਤੇ ਹੁੰਦਾ ਹੈ, ਨਹੀਂ ਤਾਂ ਫਰਨੀਚਰ ਦਾ ਹੀ ਹੁੰਦਾ ਹੈ। ਮੈਨੂੰ ਪਤਾ ਹੈ ਲੜਕੀਆਂ ਵਾਲੇ ਮੈਨੂੰ ਮਿਲਦੇ ਹੈ, ਉਹ ਕਹਿੰਦੇ ਆ ਜੀ 7 ਲੱਖ ਮੰਗਦੇ ਹੈ, ਕੋਈ ਕਹਿੰਦਾ ਜੀ 5 ਲੱਖ ਮੰਗਦੇ ਹੈ। ਸੋਚ ਕੇ ਦੇਖ ਲਓ ਵੀ ਇਹ ਕੋਈ ਰਿਸ਼ਤੇ ਥੋੜੋ ਹੈ। ਤੋ ਇਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਮਿਸਾਲ ਦੇ ਕੇ ਸਮਝਾਉਂਦੇ ਹੈ। ਸਾਤਨ ਚੱਲੀ ਸਾਰੇ ਕੰਮ ਦੇ ਸੀ ਅੱਗੇ ਜਾਏ, ਆਤਮਾ ਅੱਗੇ ਉਹ ਪਰਮਾਤਮਾ ਦੇ ਪਾਸ ਕੀ ਮੂੰਹ ਲੈ ਕੇ ਜਾਏਗੀ, ਕਿਹੜਾ ਦਾਜ ਲਿਆ ਵੀ ਕੋਈ ਜੱਤ ਦਾ ਸੱਤ ਦਾ। ਇਹ ਦਾਜ ਹੈ ਜਿਹੜਾ ਜੱਤ ਸੱਤ ਨਿਮਰਤਾ ਭਜਨ ਸਿਮਰਨੀ ਕਮਾਈ, ਇਹ ਦਾਜ ਹੈ, ਇਹ ਆਤਮਾ ਦਾ ਦਾਜ ਹੈ ਜੀ। ਸਾਤਨ ਚਲੀ ਸਾਰੇ ਕਿਆ ਮੋ ਦੇਸੀ ਅੱਗੇ ਜਾਏ ਜੀਓ, ਸੋਤੀ ਸੋਤੀ ਚਾਲਥੀਆ ਫੁੱਲੀ ਵਾਟੜੀ ਆਸ ਜੀਓ। ਜਿਸ ਤਰ੍ਹਾਂ ਇੱਥੇ ਲੜਕੀ ਸੁੱਤੀ ਰਹਿੰਦੀ ਹੈ, ਦਿਨ ਚੜ੍ਹ ਜਾਂਦਾ ਹੈ, ਮਾਤਾ ਪਿਤਾ ਆਵਾਜ਼ ਦਿੰਦੇ ਹੈ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਮਸਤ ਹੁੰਦੀ ਹੈ। ਉਹ ਬਥੇਰਾ ਕਹਿੰਦੇ ਹੈ ਕਿ ਤੂੰ ਦੇਖ ਕਿੱਡਾ ਦਿਨ ਆ ਗਿਆ ਹੈ, ਕੁਛ ਤੂੰ ਬਣਾ ਲੈ। ਇਹੀ ਹੈ ਸੰਤ ਸਾਨੂੰ ਆ ਕੇ ਹੋਕਾ ਦਿੰਦੇ ਹੈ ਕਿ ਤੁਸੀਂ ਅੱਗੇ ਦਾ ਵੀ ਫਿਕਰ ਕਰੋ, ਅੱਗੇ ਉਹ ਪਰਮਾਤਮਾ ਦੇ ਪਾਸ ਕੀ ਮੂੰਹ ਲੈ ਕੇ ਜਾਓਗੇ ਜੀ। ਸੋਤੀ ਸੋਤੀ ਚਾਲਥੀਆ ਫੁੱਲੀ ਵਾਟੜੀ ਆਸ ਜੀਓ। ਹਾਲਾਂਕਿ ਇਹ ਨਹੀਂ ਪਤਾ, ਗੁਰੂ ਅਰਜਨ ਦੇਵ ਨੇ ਕਿਹਾ ਕਿ ਉਹ ਕਿੰਨਾ ਲੰਮਾ ਰਸਤਾ ਹੈ, ਕਿਤਨਾ ਗਹਿਰਾ ਹੈ, ਕਿਤਨਾ ਅੰਧੇਰਾ ਹੈ, ਕੀ ਉੱਥੇ ਤੋਸਾ ਹੋਏਗਾ ਸਾਥ ਲਿਜਾਣ ਵਾਸਤੇ, ਕਿਸ ਚੀਜ਼ ਦਾ ਉੱਥੇ ਪ੍ਰਕਾਸ਼ ਕਰਨਾ ਹੈ। ਆਪ ਕਹਿਣ ਲੱਗੇ ਉਹ ਨਾਮ ਹੈ, ਔਰ ਉਹ ਰਸਤੇ ਨੂੰ ਗੁਰੂ ਸਾਹਿਬ ਕਹਿੰਦੇ ਹੈ। ਅਗਰ ਗੁਰੂ ਮਿਲ ਗਿਆ, ਉਹਦੇ ਨਾਮ ਦੇ ਜਹਾਜ਼ ਤੇ ਸਵਾਰ ਹੋ ਗਏ, ਤਦ ਹੀ ਅਸੀਂ ਉਸ ਨੂੰ ਆਸਾਨੀ ਦੇ ਨਾਲ ਪਾਰ ਕਰ ਸਕਦੇ ਹਾਂ। ਸਤਿਗੁਰ ਬੇੜੇ ਚਾੜ, ਗੁਰੂ ਨਾਨਕ ਨੇ ਕਿਹਾ ਪਾਰ ਪਵਨ ਦੇ ਡਿੱਠ ਮੈਂ ਸਤਿਗੁਰ ਬੇੜੇ ਚਾੜ ਜੀ। ਸੋਤੀ ਸੋਤੀ ਚਾਲਥੀਆ ਫੁੱਲੀ ਵਾਟੜੀ ਆਸ ਜੀਓ, ਤੈਸੇ ਨਾਲੋਂ ਮੋਤੀ
ਬਹੁਤੀ ਆਸ ਦੁੱਖਾਂ ਕੋ ਤਰੀ ਆਸ ਜੀਓ। ਹੁਣ ਆਤਮਾ ਨਿਮਰਤਾ ਨਾਲ ਕਹਿੰਦੀ ਹੈ, ਹੇ ਪਰਮਾਤਮਾ, ਮੈਂ ਤੇਰਾ ਲੜ ਛੱਡ ਕੇ, ਤੇਰੀ ਭਗਤੀ ਛੱਡ ਕੇ ਮੈਂ ਦੁੱਖ ਹੀ ਦੁੱਖ ਇਕੱਠੇ ਕੀਤੇ ਹੈ, ਮੁਸੀਬਤਾਂ ਮੁਸੀਬਤਾਂ ਇਕੱਠੀਆਂ ਕੀਤੀਆਂ ਹਨ ਜੀ। ਤੈਸੇ ਨਾਲੋਂ ਮੋਤੀ ਅਸ ਦੁੱਖਾਂ ਕੋ ਤਰੀ ਆਸ ਜੀਓ। ਤੁਦ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ। ਇਹ ਹੈ ਸ਼ਬਦ ਦਾ ਨਿਚੋੜ ਕਿ ਆਪਦੇ ਐਬ ਗਿਣਨੇ। ਅਸੀਂ ਆਪਦੇ ਐਬ ਉਦੋਂ ਹੀ ਗਿਣਦੇ ਹਾਂ ਜਦੋਂ ਸਾਨੂੰ ਸਮਝ ਆ ਜਾਂਦੀ ਹੈ। ਸਮਝ ਉਸ ਵੇਲੇ ਆਉਂਦੀ ਹੈ ਜਦੋਂ ਅਸੀਂ ਰਜੋ ਗੁਣ ਤਮੋ ਗੁਣ ਤੋਂ ਉੱਪਰ ਚਲੇ ਜਾਂਦੇ ਹਾਂ, ਜਦੋਂ ਤਿਰਵਿਧ ਕਰਮਾਂ ਤੋਂ ਤਿਰਕੁਟੀ ਤੋਂ ਉੱਪਰ ਜਾਂਦੇ ਹਾਂ। ਗੁਰ ਪ੍ਰਸ਼ਾਦੀ ਤਿਰਕੁਟੀ ਛੁੱਟਾ ਹੈ, ਚੌਥੇ ਪਦ ਲਿਵ ਲਾਈ, ਜਦੋਂ ਅੰਦਰ ਸਾਡੀ ਲਿਵ ਉਸ ਪ੍ਰਭੂ ਦੇ ਨਾਲ ਲੱਗ ਜਾਂਦੀ ਹੈ, ਤੋ ਆਪ ਪਿਆਰ ਨਾਲ ਕਹਿੰਦੇ ਫਿਰ ਪਤਾ ਲੱਗਦਾ ਹੈ ਕਿ ਮੈਂ ਗੁਰੂ ਦਾ ਕਿਹੜਾ ਗੁਣ ਬਿਆਨ ਕਰਾਂ। ਔਗੁਣ ਤਾਂ ਸਾਰੇ ਮੇਰੇ ਵਿੱਚ ਹੀ ਸਨ, ਇਸੇ ਵਾਸਤੇ ਮੇਰੇ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ, ਮੈਨੂੰ ਆਵਾਜ਼ ਨਹੀਂ ਆਈ ਜੀ। ਤੁਦ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ। ਹੁਣ ਗੁਰੂ ਸਾਹਿਬ ਕਹਿੰਦੇ ਆ ਇਹ ਜੋ ਆਤਮਾ ਉਹਨਾਂ ਦੇ ਅੱਗੇ ਆਪਦੇ ਐਬ ਗਿਣਦੀ ਹੈ, ਨਿਮਰਤਾ ਦਿਖਾਉਂਦੀ ਹੈ, ਉਹ ਬੜਾ ਅਰਦਾਸ ਜਿਵੇਂ ਆਪਾਂ ਕਰਦੇ ਹਾਂ, ਬੇਨਤੀ ਪ੍ਰਾਰਥਨਾ ਕਰਦੇ ਹਾਂ, ਇਸ ਤਰ੍ਹਾਂ ਬਿਆਨ ਕਰਦੀ ਹੈ। ਤੋ ਆਪ ਕਹਿਣ ਲੱਗੇ ਸਾਡੇ ਨਾਲ ਦੀਆਂ ਸਖੀਆਂ ਜਿਹੜੀਆਂ ਹਨ ਉਹ ਚੰਗੇ ਗੁਣ ਧਾਰਨ ਕਰਕੇ ਪ੍ਰਭੂ ਪਰਮਾਤਮਾ ਨੂੰ ਮਿਲ ਗਈਆਂ ਹਨ। ਮੈਂ ਡੁਹਾਗਣ ਅਜੇ ਬੈਠੀ ਉਰਾਰੀ ਝੁਰ ਰਹੀ ਹੈ ਕਿ ਪਤਾ ਨਹੀਂ ਉਹ ਪਤੀ ਮੈਨੂੰ ਪਸੰਦ ਕਰੇਗਾ ਜਾਂ ਨਹੀਂ ਕਰੇਗਾ, ਕਿਉਂਕਿ ਉਹ ਰੰਗੀਲੇ ਪਰਮਾਤਮਾ ਦੀਆਂ ਤਾਂ ਅਨੇਕਾਂ ਹੀ ਸਖੀਆਂ ਹਨ, ਇੱਕ ਤੋਂ ਇੱਕ ਝੜਿੰਦੀਆਂ, ਕੌਣ ਜਾਣੇ ਮੇਰਾ ਨਾਉਂ ਜੀਓ। ਉਹ ਤਾਂ ਰੰਗੀਲੇ ਪਰਮਾਤਮਾ ਸ਼ਬਦ ਗੁਰੂ ਦੀਆਂ ਤਾਂ ਅਨੇਕਾਂ ਸਖੀਆਂ ਹਨ, ਮੇਰਾ ਉੱਥੇ ਕੌਣ ਨਾ ਜਾਣਦਾ ਹੈ। ਇਸ ਵਾਸਤੇ ਆ ਪਿਆਰ ਦੇ ਨਾਲ ਸਾਰੇ ਸ਼ਬਦ ਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਦੇ ਅੰਦਰ ਨਿਮਰਤਾ ਧਾਰਨ ਕਰਨੀ ਹੈ, ਕਿਸ ਤਰ੍ਹਾਂ ਉਸ ਪ੍ਰਭੂ ਦੇ ਭਗਤੀ ਕਰਨੀ ਹੈ, ਕਿਹੜੇ ਹਾਰ ਸ਼ਿੰਗਾਰ ਆਤਮਾ ਦੇ ਹਨ, ਵਿਵੇਕ ਹੈ, ਧੀਰਜ ਹੈ, ਸ਼ਿਮਾ ਹੈ, ਸ਼ੀਲ ਹੈ, ਇਹ ਆਤਮਾ ਦੇ ਸ਼ਿੰਗਾਰ ਹੁੰਦੇ ਹੈ। ਇਹੀ ਸਾਨੂੰ ਉਹ ਪਰਮਾਤਮਾ ਦੇ ਦਰਬਾਰ ਸੋਭਾ ਦਿਵਾਉਣ ਵਾਲੇ ਸ਼ਿੰਗਾਰ ਹੁੰਦੇ ਹੈ। ਸੋ ਸਾਨੂੰ ਵੀ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਪਵਿੱਤਰ ਬਣਾਈਏ, ਜੋ ਸਮਾਂ ਮਿਲਿਆ ਹੈ ਉਸ ਨੂੰ ਆਪਾਂ ਪ੍ਰਭੂ ਭਗਤੀ ਵਿੱਚ ਲਾਈਏ। ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਅਪਾਰ ਦਇਆ ਕਰਕੇ ਰਹਿਮ ਕਰਕੇ
ਸਾਨੂੰ ਭਗਤੀ ਦਾ ਦਾਨ ਦਿੱਤਾ, ਆਪਦੀ ਭਗਤੀ ਕਰਨ ਦਾ ਮੌਕਾ ਦਿੱਤਾ ਹੈ। ਗੁਰੂ ਦੀ ਦਇਆ ਦਾ, ਗੁਰੂ ਦੇ ਰਹਿਮ ਦਾ, ਪਰੋਪਕਾਰ ਦਾ ਉਸ ਵਕਤ ਹੀ ਸਾਨੂੰ ਪਤਾ ਲੱਗਦਾ ਹੈ ਜਦ ਅਸੀਂ ਉਹਨਾਂ ਦੀ ਹੀ ਦੱਸੀ ਹੋਈ ਜੁਗਤੀ ਮੁਤਾਬਕ ਔਰ ਉਹਨਾਂ ਦੀ ਹੀ ਦਇਆ ਨਾਲ ਅਸੀਂ ਫੈਲੇ ਖਿਆਲ ਨੂੰ ਨੌ ਦੁਆਰਿਆਂ ਚੋਂ ਕੱਢ ਕੇ ਅੱਖਾਂ ਪਿੱਛੇ ਆ ਕੇ ਉਹਨਾਂ ਦੀ ਆਵਾਜ਼ ਦੇ ਨਾਲ ਜੁੜ ਜਾਂਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਰਹਿਮ ਦਾ ਸਮੁੰਦਰ ਉਛਲਿਆ, ਕਿਵੇਂ ਇਸ ਨੇ ਰਹਿਮ ਕੀਤਾ, ਕਿਸ ਤਰ੍ਹਾਂ ਸਾਡੇ ਪਾਗਲਾਂ ਦੀ ਦੁਨੀਆਂ ਦੇ ਵਿੱਚ ਇਹ ਇਨਸਾਨ ਦਾ ਜਾਮਾ ਤਾਰ ਕੇ ਬੈਰੂਪੀਆ ਬਣ ਕੇ ਸਾਡੇ ਵਿੱਚ ਆਇਆ, ਕਿਸ ਤਰ੍ਹਾਂ ਸਾਨੂੰ ਆਪਦੇ ਘਰ ਦੀ ਦਇਆ ਨਾਲ, ਮਿਹਰ ਨਾਲ ਖਬਰ ਦਿੱਤੀ। ਸਿਰਫ ਖਬਰ ਹੀ ਨਹੀਂ, ਫਿਰ ਵੀ ਸਾਡੇ ਪੁਰਾਣੀਆਂ ਆਤਮਾ ਦੇ ਅੰਦਰ ਪਿਆਰ ਪੈਦਾ ਕੀਤਾ, ਪਿਆਰ ਜਗਾਇਆ। ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਸਤਸੰਗ ਦੇ ਵਿੱਚ ਜਾਂਦੇ ਹਾਂ ਜਾਂ ਅਸੀਂ ਭਜਨ ਕਰਦੇ ਹਾਂ ਜਾਂ ਅਸੀਂ ਆਪਦੀ ਮਰਜ਼ੀ ਮੁਤਾਬਕ ਸ਼ਬਦ ਨਾਮ ਦਾ ਭੇਦ ਪ੍ਰਾਪਤ ਕਰਦੇ ਹਾਂ। ਲੇਕਿਨ ਮਹਾਰਾਜ ਸਾਵਨ ਸਿੰਘ ਸਦਾ ਹੀ ਇਹ ਕਹਿੰਦੇ ਰਹੇ ਕਿ ਸਾਡੇ ਵਿਚਾਰ ਉਹਨਾਂ ਚਿਰ ਹੀ ਸਾਨੂੰ ਪਰੇਸ਼ਾਨ ਕਰਦੇ ਹੈ, ਸਾਡੇ ਅੰਦਰ ਉੱਠਦੇ ਹੈ, ਜਿਤਨਾ ਚਿਰ ਸਾਡੀਆਂ ਅੱਖਾਂ ਬੰਦ ਹੁੰਦੀਆਂ ਹਨ। ਅਸੀਂ ਬਾਹਰਲੀ ਦੁਨੀਆਂ ਦੇ ਵਿੱਚ ਸੈਰ ਕਰਦੇ ਹੁੰਦੇ ਹਾਂ, ਜਦ ਬਾਹਰਲੀ ਦੁਨੀਆਂ ਦੀ ਸੈਰ ਛੱਡ ਕੇ ਅੰਦਰ ਸ਼ਬਦ ਨਾਲ ਜੁੜ ਜਾਂਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਨਹੀਂ ਪਿਆਰਿਓ, ਗੁਰੂ ਹੀ ਸ਼ਿਸ਼ ਦੀ ਚੋਣ ਕਰਦਾ ਹੈ, ਗੁਰੂ ਹੀ ਪਾਲਦਾ ਹੈ, ਗੁਰੂ ਹੀ ਸਾਨੂੰ ਸ਼ਬਦ ਨਾਮ ਦੇ ਨਾਲ ਜੋੜਦਾ ਹੈ। ਉਹਨੂੰ ਗੁਰੂ ਕਹਿ ਲਓ, ਪਰਮਾਤਮਾ ਕਹਿ ਲਓ। ਗੁਰੂ ਅਸੀਂ ਇਸ ਵਾਸਤੇ ਕਹਿੰਦੇ ਹੈ ਕਿ ਉਹ ਪਾਧੇ ਦਾ ਕੰਮ ਦਿੰਦਾ ਹੈ, ਉਹ ਇਨਸਾਨੀ ਜਾਮੇ ਵਿੱਚ ਸਾਡੇ ਲੇਵਲ ਤੇ ਆਇਆ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਪਰਮਾਤਮਾ ਤੇ ਉਹ ਦੇਖਣ ਵਿੱਚ ਅਲੱਗ ਅਲੱਗ ਦੋ ਹਸਤੀਆਂ ਲੱਗਦੀਆਂ ਹਨ, ਲੇਕਿਨ ਵਿੱਚੋਂ ਇੱਕ ਹੀ ਹੁੰਦਾ ਹੈ। ਗੁਰੂ ਅਰਜਨ ਦੇਵ ਨੇ ਕਿਹਾ ਕਿ ਕੋਈ ਵੀ ਆਤਮਾ ਨਾਮ ਦੇ ਨਾਲ ਜੁੜਨ ਵਾਸਤੇ ਸੋਚ ਹੀ ਨਹੀਂ ਸਕਦੀ ਗੀ ਜਿੰਨਾ ਚਿਰ ਗੁਰੂ ਪਰਮਾਤਮਾ ਅੰਦਰ ਤੜਫ ਪੈਦਾ ਨਾ ਕਰੇ। ਕੋਈ ਵੀ ਸੰਤਾਂ ਦੇ ਪਾਸ ਆਤਮਾ ਪਹੁੰਚ ਹੀ ਨਹੀਂ ਸਕਦੀ ਗੀ ਜਿੰਨਾ ਚਿਰ ਉਹ ਪ੍ਰਭੂ ਪਰਮਾਤਮਾ ਅੰਦਰੋਂ ਨਾ ਪ੍ਰੇਰੇ। ਬੱਚੇ ਨੂੰ ਹੀ ਪਤਾ ਹੁੰਦਾ ਹੈ ਕਿ ਮਾਤਾ ਦੀ ਗੋਦੀ ਦਾ ਕਿੰਨਾ ਸੁੱਖ ਹੁੰਦਾ ਹੈ, ਕਿੰਨਾ ਸ਼ਾਂਤੀ ਹੁੰਦੀ ਹੈ, ਕਿਸ ਤਰ੍ਹਾਂ ਮਾਤਾ ਨੂੰ ਬੱਚੇ ਦਾ ਫਿਕਰ ਹੁੰਦਾ ਹੈ ਕਿ ਕਦ ਨਵਾਉਣਾ ਹੈ, ਕਦ ਉਹਨੂੰ ਖਾਣਾ ਦੇਣਾ ਹੈ। ਇਸੇ ਤਰ੍ਹਾਂ ਅਗਰ ਸਾਡੇ ਵੀ ਭੁੱਲੜ ਆਤਮਾ ਨੂੰ ਪਤਾ ਲੱਗ ਜਾਏ ਕਿ ਉਹ ਪਿਤਾ ਪਰਮਾਤਮਾ ਦੀ ਗੋਦ ਵਿੱਚ ਕਿੰਨੀ ਸ਼ਾਂਤੀ ਹੈ, ਕਿੰਨੀ ਤ੍ਰਿਪਤੀ ਹੈ, ਇਹ ਵੀ ਉਧਰ ਤੁਰ ਪਵੇ। ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਆਪਣ ਲੀਏ ਜੇ ਮਿਲੇ ਵਿਛਣ ਕੋ ਰਵਨ। ਹੇ ਪਰਮਾਤਮਾ, ਅਗਰ ਸਾਡੇ ਆਪਣੇ ਹੀ ਵਸ ਵਿੱਚ ਹੁੰਦਾ ਤੇਰੇ ਨਾਲ ਮਿਲਾਪ ਕਰ ਲੈਣਾ, ਅਸੀਂ ਇਹ ਦੁਰਖੀ ਦੁਨੀਆਂ ਦੇ ਵਿੱਚ ਕਿਉਂ ਭਟਕਦੇ ਫਿਰਦੇ ਹੁੰਦੇ, ਇਤਨੇ ਜਨਮ ਅਸੀਂ ਕਿਉਂ ਦੁੱਖਾਂ ਦੀ ਨਗਰੀ ਦੇ ਵਿੱਚ ਫਿਰਦੇ ਹੋਏ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਕਿ ਸੱਚਾਈ ਦਾ ਬੀਨਾਸ ਨਹੀਂ ਹੁੰਦਾ ਗਾ, ਸੱਚਾਈ ਸਦਾ ਹੀ ਕਾਇਮ ਰਹਿੰਦੀ ਹੈ।
ਸੰਗਤ ਦੇ ਅੰਦਰ ਸਾਰੇ ਐਸੇ ਪ੍ਰੇਮੀ ਨਹੀਂ ਹੁੰਦੇ ਗੇ ਕਿ ਜਿਹੜੇ ਬਾਹਰ ਹੀ ਬਾਹਰ ਫਿਰਦੇ ਹੈ। ਬਹੁਤ ਸਾਰੇ ਪ੍ਰੇਮੀ ਐਸੇ ਆਤਮਾ ਹੁੰਦੇ ਹੈ ਜਿਨ੍ਹਾਂ ਨੂੰ ਮਿਲਣ ਦੇ ਨਾਲ ਦਿਲ ਗਦ ਗਦ ਹੋ ਜਾਂਦਾ ਹੈ, ਜਿਹੜੇ ਗੁਰੂ ਨੂੰ ਅੰਦਰ ਪ੍ਰਗਟ ਕਰੀ ਫਿਰਦੇ ਹੁੰਦੇ ਹੈ, ਜਿਨ੍ਹਾਂ ਨੂੰ ਉਹ ਝਲਕ ਥੋੜੀ ਬਹੁਤੀ ਵੀ ਮਿਲੀ ਹੁੰਦੀ ਹੈ, ਉਹਨਾਂ ਦਾ ਕਿਤੇ ਜਦ ਵਿਛੋੜਾ ਪੈ ਜਾਂਦਾ ਹੈ, ਉਹਨਾਂ ਨੂੰ ਪੁੱਛੋ ਕਿ ਉਹਨਾਂ ਉੱਤੇ ਕੀ ਬੀਤਦੀ ਹੁੰਦੀ ਹੈ। ਉਹ ਬੜੇ ਆਤਮਾ ਜਿਹੜੇ ਉਹਨਾਂ ਦੇ ਜੀਵਨ ਕਾਲ ਦੇ ਅੰਦਰ ਸ਼ਬਦ ਨੂੰ ਪ੍ਰਗਟ ਕਰ ਲੈਂਦੇ ਹੈ, ਉਹ ਬੜੀਆਂ ਪਵਿੱਤਰ ਆਤਮਾ ਹੁੰਦੀਆਂ ਹਨ, ਬੜੀਆਂ ਅੱਛੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਐਸੇ ਮਹਾਨ ਗੁਰੂ ਦੀ ਚਰਨਾਂ ਵਿੱਚ ਬੈਠਣ ਦਾ ਮੌਕਾ ਮਿਲ ਜਾਂਦਾ ਹੈ, ਉਹ ਵੀ ਆਤਮਾ ਮਹਾਨ ਹੁੰਦੀਆਂ ਹਨ। ਸੋ ਮੈਂ ਕੀ ਮਹਿਮਾ ਕਰਾਂ ਆਪਣੇ ਗੁਰੂ ਪਰਮਾਤਮਾ ਕਿਰਪਾਲ ਦੀ, ਜਿਨ੍ਹਾਂ ਨੇ ਹਰ ਜਗ੍ਹਾ ਆਪਣੀ ਆਤਮਾ ਦੀ ਖੋਜ ਕੀਤੀ, ਆਪਣੀ ਸਿਹਤ ਦਾ ਉਹਨਾਂ ਨੇ ਕਦੇ ਖਿਆਲ ਨਹੀਂ ਕੀਤਾ ਸੀਗਾ। ਬਿਮਾਰੀ ਦੇ ਦਿਨਾਂ ਅੰਦਰ ਵੀ ਬੜੇ ਹੀ ਉਹਨਾਂ ਨੇ ਲੰਮੇ ਟੂਰ ਕੀਤੇ, ਹਰ ਇੱਕ ਜਗ੍ਹਾ ਪਹੁੰਚ ਕੇ ਪਿਆਸੀਆਂ ਆਤਮਾ ਨੂੰ ਨਾਮ ਦਾ ਅੰਮ੍ਰਿਤ ਪਿਆ। ਮੈਂ ਤੁਹਾਨੂੰ ਕੋਈ ਕਿਸੇ ਕਹਾਣੀਆਂ ਸੁਣਾਉਣ ਵਾਸਤੇ ਇੱਥੇ ਨਹੀਂ ਆਇਆ ਗਾ, ਮੈਂ ਸਿਰਫ ਜੋ ਮੈਨੂੰ ਉਸ ਰਹਿਮ ਦੇ ਸਮੁੰਦਰ ਦੇ ਵਿੱਚੋਂ ਕਿਣਕਾ ਮਿਲਿਆ ਪਿਆਰ ਦਾ, ਉਹ ਤੁਹਾਡੇ ਨਾਲ ਪਿਆਰ ਸਾਂਝਾ ਕਰਨ ਵਾਸਤੇ ਆਇਆ ਹੈ ਕਿ ਉਹ ਪਰਮਾਤਮਾ ਕਿਰਪਾਲ ਦੇ ਰੂਪ ਵਿੱਚ ਕੀ ਸੀ, ਉਹ ਅੱਜ ਵੀ ਕੀ ਹੈ, ਔਰ ਉਹੀ ਤੁਹਾਡੇ ਨਾਲ ਮੈਂ ਸਾਂਝਾ ਪਿਆਰ ਕਰਨ ਵਾਸਤੇ ਆਇਆ ਹੈ। ਮੈਂ ਆਪਣੀ ਜ਼ਿੰਦਗੀ ਦਾ ਜੋ ਵੀ ਮੈਨੂੰ ਵਕਤ ਬਚਪਨੇ ਤੋਂ ਮਿਲਿਆ, ਮੈਂ ਕਿਸੇ ਨਾ ਕਿਸੇ ਰੂਪ ਵਿੱਚ ਉਹਦੀ ਯਾਦ ਵਿੱਚ, ਉਹਦੀ ਤੜਪ ਵਿੱਚ ਗੁਰੂ ਜੀ ਦੇ ਵਿੱਚ ਬਿਤਾਇਆ। ਮੈਂ ਸਦਾ ਹੀ ਕਹਿੰਦਾ ਸਾਂ ਉਹ ਕੈਸੀਆਂ ਆਤਮਾ ਸਨ ਜਿਨ੍ਹਾਂ ਨੂੰ ਜੀਵਤ ਮਹਾਂਪੁਰਸ਼ ਮਿਲਿਆ, ਜਿਨ੍ਹਾਂ ਨੇ ਜੀਵਤ ਮਹਾਂਪੁਰਸ਼ ਦਾ ਹੁਕਮ ਮੰਨਿਆ ਔਰ ਕਮਾਈ ਕੀਤੀ, ਭਰੋਸਾ ਲਿਆਂਦਾ। ਮੈਂ ਜੋ ਕੁਛ ਵੀ ਜ਼ਿੰਦਗੀ ਦੇ ਵਿੱਚ ਕੀਤਾ ਹੈ, ਭਗਤੀ ਕਰੀ ਹੈ, ਉਹੀ ਤੁਹਾਨੂੰ ਹੁਣ ਮੈਂ ਦੱਸਣ ਵਾਸਤੇ ਆਇਆ ਹੈ, ਉਹੀ ਕਰਾਉਣ ਵਾਸਤੇ ਆਇਆ ਹੈ। ਮੈਂ ਆਸ਼ਾ ਕਰਦਾ ਹਾਂ ਕਿ ਜਿਸ ਮਕਸਦ ਵਾਸਤੇ ਆਪਾਂ ਇੱਥੇ ਸਾਰੇ ਇਕੱਠੇ ਹੋਏ ਹਾਂ, ਉਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਹੈ। ਮੈਂ ਤੁਹਾਨੂੰ ਹੋਟਲਾਂ ਦੇ ਵਿੱਚ ਲੈ ਕੇ ਨਹੀਂ ਵੜਦਾ ਗਾ, ਮੈਂ ਤੁਹਾਨੂੰ ਉਹ ਪਰਮਾਤਮਾ ਕਿਰਪਾਲ ਦੇ ਘਰ ਵਿੱਚ ਜਾਣ ਵਾਸਤੇ ਹੀ, ਪ੍ਰੇਰਨ ਵਾਸਤੇ ਆਇਆ ਹੈ, ਔਰ ਜੋ ਪਿਆਰ ਉਹਨੇ ਦਿੱਤਾ ਹੈ ਖੁੱਲ੍ਹੇ ਦਿਲ ਨਾਲ, ਉਹੀ ਤੁਹਾਡੇ ਨਾਲ ਵਾਂਟਣ ਵਾਸਤੇ ਆਇਆ ਹੈ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਪੜ੍ਹਿਆ ਪੜ੍ਹਾ ਸਕਦਾ ਹੈ, ਪਹਿਲਵਾਨ ਹੀ ਪਹਿਲਵਾਨੀ ਸਿਖਾ ਸਕਦਾ ਹੈ। ਇਸੇ ਤਰ੍ਹਾਂ ਜਿਸ ਨੇ ਭਗਤੀ ਜ਼ਿੰਦਗੀ ਦੇ ਵਿੱਚ ਕਰੀ ਹੈ, ਉਹੀ ਸਾਨੂੰ ਭਗਤੀ ਮਾਰਗ ਵਿੱਚ ਲਾ ਸਕਦਾ ਹੈ, ਕਰਾ ਸਕਦਾ ਹੈ। ਇਹ ਕਰਨੀ ਦਾ ਮਜ਼ਬੂਨ ਹੈ, ਗੱਲਾਂ ਦਾ ਮਜ਼ਬੂਨ ਨਹੀਂ ਗਾ। ਗੁਰੂ ਨਾਨਕ ਨੇ ਕਿਹਾ, ਗੱਲੀ ਕਿਹਨੇ ਨਾ ਪਾਇਆ, ਬੇਸ਼ੱਕ ਤੁਸੀਂ ਜਿੰਨਾ ਲੰਮਾ ਚੌੜਾ ਮਰਜ਼ੀ ਹੈ ਭਾਸ਼ਣ ਦੇ ਲਓ, ਔਰ ਕਿਸੇ ਨੂੰ ਇਹ ਵੀ ਐਤਵਾਰ ਕਿਉਂ ਨਾ ਦੇ ਦਿਓ ਕਿ ਮੈਂ ਮਿਲਿਆ ਹੋਇਆ ਹੈ, ਲੇਕਿਨ ਮਿਲਿਆ ਜੋ ਹੈ ਉਹ ਗੁਜਿਆ ਨਹੀਂ ਰਹਿ ਸਕਦਾ ਗਾ। ਸੋ ਇਸ ਵਾਸਤੇ ਕਿਸੇ ਵੀ ਭਾਸ਼ਣ ਨਾਲ ਤੁਹਾਨੂੰ ਸ਼ਾਂਤੀ ਨਹੀਂ ਆਏਗੀ। ਸ਼ਾਂਤੀ ਜੋ ਕੁਛ ਵੀ ਅਸੀਂ ਭਾਸ਼ਣ ਵਗੈਰਾ ਦਿੰਦੇ ਹੈ, ਉਹਦੇ ਉੱਤੇ ਅਮਲ ਕਰਨ ਵਾਲੀ ਸਾਨੂੰ ਸ਼ਾਂਤੀ ਆ ਸਕਦੀ ਹੈ, ਅਸੀਂ ਅੰਦਰ ਜਾ ਕੇ ਉਹ ਸ਼ਬਦ ਨਾਲ ਮਿਲ ਸਕਦੇ ਹਾਂ। ਜੇ ਕੋਈ ਜਰਨਲ ਇਹ ਕਹੇ
ਕਿ ਮੇਰੇ ਸਾਹਮਣੇ ਅਗਰ ਵਿਰੋਧੀ ਫੌਜਾਂ ਨਾ ਹੋ ਤਾਂ ਮੈਂ ਉਸ ਮੁਲਕ ਦੇ ਉੱਤੇ ਫਤਿਹ ਪਾ ਸਕਦਾ ਹਾਂ। ਇਹ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਕਿਸ ਤਰ੍ਹਾਂ ਉਹ ਜਰਨੈਲ ਦੀ ਬਹਾਦਰੀ ਦਾ ਪਤਾ ਲੱਗ ਸਕਦਾ ਹੈ ਕਿ ਕਿੰਨਾ ਬਹਾਦਰ ਹੈ, ਕਿੰਨੀਆਂ ਇਸਨੇ ਫੌਜਾਂ ਨੂੰ ਸਰ ਕੀਤਾ ਹੈ? ਇਸੇ ਤਰ੍ਹਾਂ ਪਿਆਰਿਓ, ਜਿਹੜੀਆਂ ਕਾਲ ਦੀਆਂ ਸ਼ਕਤੀਆਂ ਹਨ, ਵਿਰੋਧੀ ਤਾਕਤਾਂ ਹਨ, ਇਹ ਖੁਦ ਹੀ ਉਸ ਪਰਮਾਤਮਾ ਨੇ ਸਾਡੇ ਰਸਤੇ ਦੇ ਵਿੱਚ ਖੜੀਆਂ ਕੀਤੀਆਂ ਹੋਈਆਂ ਹਨ ਕਿ ਇਹ ਆਤਮਾ ਕਿੰਨੀਆਂ ਕੁ ਬਹਾਦਰ ਹਨ, ਕਿ ਇਹ ਮੈਨੂੰ ਮਿਲਣਾ ਵੀ ਚਾਹੁੰਦੀਆਂ ਹਨ। ਇਸ ਵਾਸਤੇ ਗਿਣਤੀ ਦੀਆਂ ਆਤਮਾ ਨੂੰ ਉਹ ਚੁਣ ਲੈਂਦਾ ਹੈ, ਪ੍ਰਭੂ ਖੁਦ ਹੀ ਪ੍ਰੇਰ ਕੇ ਉਹ ਸੰਤਾਂ ਦੇ ਪਾਸ ਭੇਜਦਾ ਹੈ। ਸੰਤ ਸਤਿਗੁਰੂ ਸਾਨੂੰ ਸ਼ਬਦ ਧੁੰਦੇ ਨਾਲ ਲੈਸ ਕਰ ਦਿੰਦੇ ਹੈ। ਇਹ ਨਹੀਂ ਕਿ ਸਾਨੂੰ ਉਹਨਾਂ ਨੇ ਲੈਸ ਕਰ ਦਿੱਤਾ, ਪਿੱਛੋਂ ਸਾਨੂੰ ਕੋਈ ਜ਼ਰੂਰਤ ਹੈ ਉਹਦੀ ਤਾਕਤ ਦੀ, ਉਹ ਨਹੀਂ ਦਿੰਦਾ ਗਾ, ਨਹੀਂ ਜ਼ਰੂਰ ਦਿੰਦਾ ਹੈ। ਤੁਸੀਂ ਦੇਖੋ ਜਿਸ ਤਰ੍ਹਾਂ ਜਰਨਲ ਉਹ ਅੱਗੇ ਫਰੰਟ ਤੇ ਜਾ ਕੇ ਲੜਦਾ ਹੈ, ਉਸ ਨੂੰ ਕਿਸੇ ਕੁਮਕ ਦੀ ਜ਼ਰੂਰਤ ਹੁੰਦੀ ਹੈ, ਉਹਦਾ ਪਿੱਛੇ ਹੁਕਮ ਦੇਣ ਵਾਲਾ ਜਿਹੜਾ ਜਰਨਲ ਦੀ ਪਿੱਠ ਦੇ ਉੱਤੇ ਰਾਜਾ ਹੁੰਦਾ ਹੈ, ਉਹ ਖੁਦ ਹੀ ਉਸਦੀ ਉਹਨੂੰ ਤਾਕਤ ਭੇਜਦਾ ਹੈ। ਸੋ ਇਸੇ ਤਰ੍ਹਾਂ ਜੇ ਕੋਈ ਸਤਸੰਗੀ ਸ਼ਬਦ ਨਾਮ ਦੀ ਕਮਾਈ ਕਰਦਾ ਹੈ, ਵਿਰੋਧੀ ਤਾਕਤਾਂ ਦੇ ਅੱਗੇ ਖੜਾ ਹੁੰਦਾ ਹੈ, ਗੁਰੂ ਜਿਹੜਾ ਹੈ ਜਿਸਨੇ ਸਾਨੂੰ ਸ਼ਬਦ ਨਾਮ ਦੇ ਨਾਲ ਜੋੜਿਆ ਹੈ, ਉਹ ਕੋਈ ਦੂਰ ਨਹੀਂ ਹੁੰਦਾ ਗਾ, ਉਹ ਵੀ ਨਾਮ ਦੇਣ ਦੇ ਵਕਤ ਸਾਡੇ ਅੰਦਰ ਹੈ, ਉਹ ਵੀ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਦਾ ਹੈ। ਕਦੇ ਵੀ ਸਾਡੇ ਸ਼ਬਦ ਦੀ ਕਮਾਈ ਕਰਨ ਵਾਲੇ ਦੇ ਅੱਗੇ ਕੋਈ ਵਿਰੋਧੀ ਤਾਕਤ ਜਿਹੜੀ ਹੈ ਪਰੇਸ਼ਾਨ ਨਹੀਂ ਕਰ ਸਕਦੀ, ਲੇਕਿਨ ਦਿਲ ਦੇ ਵਿੱਚ ਇਹ ਸ਼ਰਤ ਹੈ ਕਿ ਸ਼ਰਧਾ ਪਿਆਰ ਦਾ ਹੋਣਾ ਬੜਾ ਜ਼ਰੂਰੀ ਹੈ। ਇਹ ਨਹੀਂ ਕਿ ਜੀ ਮੈਥੋਂ ਸ਼ਰਾਬ ਪੀਤੀ ਗਈ, ਜਾਂ ਮੈਥੋਂ ਮੀਟ ਖਾਧਾ ਗਿਆ, ਜਾਂ ਮੈਂ ਅਯੋਗ ਵਿਸ਼ਿਆਂ ਤੋਂ ਕੰਮ ਲਿਆ। ਹੁਣ ਤੁਸੀਂ ਸੋਚ ਕੇ ਦੇਖ ਲਓ, ਅਸੀਂ ਤਾਂ ਨਿਕਲੇ ਤਾਂ ਮੈਦਾਨੇ ਜੰਗ ਦੇ ਵਿੱਚ ਹੈ। ਮੈਦਾਨੇ ਜੰਗ ਦੇ ਵਿੱਚ ਸੂਰਮਾ ਆ ਕੇ ਜਾਂ ਮਰਨ ਜਾਣਦਾ ਹੈ ਜਾਂ ਮਾਰਨ ਜਾਣਦਾ ਹੈ, ਪਿੱਛੇ ਨਹੀਂ ਹਟਦਾ ਗਾ। ਅਸੀਂ ਵੀ, ਸਾਡਾ ਮੈਦਾਨ ਕਿਹੜਾ ਹੈ? ਇਹ ਤੀਸਰਾ ਤਿਲ ਹੈ, ਅੱਖਾਂ ਦੇ ਪਿੱਛੇ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਕਿ ਇਸ ਮੈਦਾਨ ਦੇ ਵਿੱਚ ਜਦੋਂ ਅਸੀਂ ਫਤਿਹ ਕਰਨ ਵਾਸਤੇ ਨਿਕਲੇ ਹੈ, ਫਿਰ ਸਾਡਾ ਕੰਮ ਨਹੀਂ ਗਾ ਕਿ ਵਿਰੋਧੀ ਤਾਕਤਾਂ ਦੇ ਕਹੇ ਲੱਗੀਏ। ਵਿਰੋਧੀ ਤਾਕਤਾਂ ਜਿੰਨੀਆਂ ਵੀ ਹਨ, ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੰਕਾਰ ਹੈ, ਇਹ ਸਾਡੀ ਆਤਮਾ ਨੂੰ ਨੀਚੇ ਖਿੱਚਦੀਆਂ ਹਨ। ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਦੇ ਨਾਲ ਬੇੜੀ ਦੇ ਨਾਲ ਭਾਰੇ ਪੱਥਰ ਬੰਨ ਦਈਏ, ਉਹ ਕਿਸ ਤਰ੍ਹਾਂ ਪਾਣੀ ਤੇ ਤੈਰ ਸਕਦੀ ਹੈ? ਇਸੇ ਤਰ੍ਹਾਂ ਇਹ ਵੀ ਵਜਨਦਾਰ ਜਦੋਂ ਅਸੀਂ ਸਾਥ ਲੈਂਦੇ ਹੈ, ਇਹ ਸਾਡੀ ਆਤਮਾ ਨੂੰ ਉੱਪਰ ਨਹੀਂ ਚੜ੍ਹਨ ਦਿੰਦੇ ਗੇ। ਨਾਮ ਦੀ ਚੜ੍ਹਾਈ ਉੱਪਰ ਨੂੰ ਹੈ, ਇਹਨਾਂ ਵਿਰੋਧੀ ਤਾਕਤਾਂ ਦੀ ਨੀਚੇ ਨੂੰ ਹੁੰਦੀ ਹੈ। ਮਹਾਰਾਜ ਸਾਵਨ ਸਿੰਘ ਕਹਿੰਦੇ ਹੁੰਦੇ ਕਿ ਕੁਛ ਸੇਵਕ ਦੀਆਂ ਵੀ ਡਿਊਟੀਆਂ ਹੁੰਦੀਆਂ ਹਨ, ਉਹਨੂੰ ਵੀ ਉਹ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਕਿਉਂਕਿ ਤਾਲੀ ਦੋ ਹੱਥਾਂ ਨਾਲ ਹੀ ਵੱਜਦੀ ਹੈ। ਇਸ ਵਾਸਤੇ ਗੁਰੂ ਆਪਦੀ ਡਿਊਟੀ ਨੂੰ ਕਦੇ ਵੀ ਪਿਛਾ ਨਹੀਂ ਹਟਦਾ ਗਾ, ਲੇਕਿਨ ਸੇਵਕ ਆਪਣੀ ਡਿਊਟੀ ਨੂੰ ਭੁਗਤਾਉਣ ਲੱਗਿਆ ਆਲਸ ਕਰਦਾ ਹੈ, ਲਾਪਰਵਾਹੀ ਕਰਦਾ ਹੈ। ਉਹ ਇਹ ਵੀ ਮਿਸਾਲ ਦਿੰਦੇ ਹੁੰਦੇ ਸੀਗੇ ਕਿ ਜਿਹੜੇ ਇਹ ਕਹਿੰਦੇ ਹੈ ਕਿ ਬਈ ਗੁਰੂ ਆਪੇ ਲੈ ਜਾਏਗਾ, ਉਹ ਕਹਿੰਦੇ ਤਾਂ ਉਹ ਕਹਾਣੀ ਹੈ ਲਾਦਵੀ ਦੇ, ਲਦੇਨਾ ਆਦਮੀ ਦੇ, ਔਰ ਲਦਨ ਵਾਲਾ ਵੀ ਸਮਾਨ ਦੇ। ਸੋ ਇਸ ਵਾਸਤੇ ਪਿਆਰਿਓ, ਇਹ ਸਾਡੀ ਲਾਪਰਵਾਹੀ ਹੈ, ਸਾਡਾ ਮਨ ਸਾਡੇ ਨਾਲ ਧੋਖਾ ਦੇ ਕੇ ਇਹੋ ਜਿਹੀਆਂ ਗੱਲਾਂ ਸਾਡੇ ਅੰਦਰ ਪੈਦਾ ਕਰ ਦਿੰਦਾ ਹੈ। ਅਧਿਆਪਕ ਦੀ ਖੁਸ਼ੀ ਉਹੀ ਬੱਚਾ ਲੈ ਸਕਦਾ ਹੈ ਜੋ ਅਧਿਆਪਕ ਦੇ ਕਿਹਾ
ਆਪਣੀ ਡਿਊਟੀ ਵਜਾਉਂਦਾ ਹੈ, ਸਬਕ ਨੂੰ ਯਾਦ ਕਰਦਾ ਹੈ, ਜੋ ਅਧਿਆਪਕ ਦੱਸਦਾ ਹੈ ਉਸ ਨੂੰ ਲਾ ਕੇ ਪੜ੍ਹਦਾ ਹੈ। ਅਗਰ ਉਹ ਅਧਿਆਪਕ ਦਾ ਕਿਹਾ ਨਹੀਂ ਬੱਚਾ ਮੰਨਦਾ ਗਾ, ਉੱਥੇ ਨਸ਼ੇ ਵਰਤਦਾ ਹੈ ਜਾਂ ਪੈੜੀ ਖੋਟੀ ਆਦਤ ਬਣਾ ਲੈਂਦਾ ਹੈ, ਜੋ ਸਬਕ ਦੱਸਿਆ ਉਸਨੂੰ ਯਾਦ ਨਹੀਂ ਕਰਦਾ ਗਾ, ਪਿਆਰੇ ਉਹ ਕਿਸ ਤਰ੍ਹਾਂ ਉਹ ਪਾਸ ਹੋਣ ਦੀ ਆਸ ਰੱਖ ਸਕਦਾ ਹੈ, ਕਿਸ ਤਰ੍ਹਾਂ ਆਪਦੇ ਅਧਿਆਪਕ ਦੀ ਉਹ ਖੁਸ਼ੀ ਲੈ ਸਕਦਾ ਹੈ। ਇਸੇ ਤਰ੍ਹਾਂ ਜਿੰਨਾ ਸ਼ੌਕ ਸਾਨੂੰ ਨਾਮਦਾਨ ਪ੍ਰਾਪਤ ਵੇਲੇ ਹੁੰਦਾ ਹੈ, ਕਿਉਂਕਿ ਅਗਰ ਸ਼ੌਕ ਹੁੰਦਾ ਹੈ ਤਦ ਹੀ ਅਸੀਂ ਸਤਸੰਗ ਦੇ ਵਿੱਚ ਆਉਂਦੇ ਹੈ, ਨਾਮ ਨੂੰ ਪ੍ਰਾਪਤ ਕਰਦੇ ਹੈ। ਅਗਰ ਤੜਫ ਪਿਆਰ ਸ਼ੌਕ ਨਾ ਹੋਵੇ ਅਸੀਂ ਕਦੇ ਇਸ ਪਾਸੇ ਆ ਹੀ ਨਹੀਂ ਸਕਦੇ ਗੇ। ਲੇਕਿਨ ਜਦ ਅਸੀਂ ਨਾਮ ਲੈ ਲੈਂਦੇ ਹੈ ਉਸ ਵੇਲੇ ਮਨ ਵੀ ਜਿਹੜਾ ਹੈ ਚੌਕਸ ਹੋ ਜਾਂਦਾ ਹੈ, ਕਿਉਂਕਿ ਅਕਾਲ ਦਾ ਏਜੰਟ ਹੈ, ਉਹ ਵੀ ਆਪਦੇ ਸਾਰੇ ਹਥਿਆਰ ਲੈ ਕੇ ਸਤਸੰਗੀ ਦੇ ਮਗਰ ਲੱਗ ਲੈਂਦਾ ਹੈ, ਕੋਈ ਮੌਕਾ ਹੱਥ ਚੋਂ ਨਹੀਂ ਜਾਣ ਦਿੰਦਾ ਗਾ। ਸਤਸੰਗੀ ਉਹਦੀਆਂ ਮਿੱਠੀਆਂ ਪਿਆਰੀਆਂ ਗੱਲਾਂ ਵਿੱਚ ਆ ਜਾਂਦਾ ਹੈ ਜਾਂ ਉਸ ਦਾ ਦਬਕਾਇਆ ਵੀ ਇਹ ਉਸ ਰਸਤੇ ਤੋਂ ਆਲਸ ਕਰਨ ਲੱਗ ਜਾਂਦਾ ਹੈ। ਸੋ ਆਹ ਪਿਆਰ ਦੇ ਨਾਲ ਕਹਿੰਦੇ ਹੈ ਕਿ ਸਤਸੰਗੀ ਨੂੰ ਵੀ ਸੂਰਮੇ ਦੀ ਤਰ੍ਹਾਂ ਇਸ ਰਸਤੇ ਚੱਲਣਾ ਚਾਹੀਦਾ ਹੈ। ਕਬੀਰ ਸਾਹਿਬ ਕਹਿੰਦੇ ਹੈ ਜਿਸ ਤਰ੍ਹਾਂ ਦਾ ਪਹਿਲਾਂ ਲਗਨ ਲੱਗੀ ਹੁੰਦੀ ਹੈ ਨਾਮਦਾਨ ਪ੍ਰਾਪਤ ਵੇਲੇ, ਅਗਰ ਉਤਨੀ ਲਗਨ ਵੀ ਇਹ ਬਣਾਈ ਰੱਖੇ, ਉਤਨੀ ਤੜਫ ਬਣਾਈ ਰੱਖੇ, ਆਪ ਨੂੰ ਤਰਨਾ ਤਾਂ ਐਸੇ ਸਤਸੰਗੀ ਨੂੰ ਕੀ ਮੁਸ਼ਕਲ ਹੈ। ਕਰੋੜਾਂ ਹੋਰਾਂ ਨੂੰ ਵੀ ਉਹ ਅਗਰ ਨਾਮ ਦੇ ਕੇ ਆਪਦੇ ਕਮਾਏ ਵਿੱਚੋਂ ਕਣੀ ਦੇਵੇ ਤੇ ਉਹਨਾਂ ਨੂੰ ਵੀ ਉਹ ਪਾਰ ਕਰ ਸਕਦਾ ਹੈ। ਜੈਸੇ ਲਓ ਪਹਿਲੇ ਲੱਗੀ ਤੈਸੀ ਇਹਨੇ ਵੀ ਹੈ ਓੜ, ਆਪਣੀ ਦੇਹ ਦੀ ਕਿਆ ਗਤ ਤਾਰੇ ਪੁਰਸ਼ ਕਰੋੜ। ਗੁਰੂ ਨਾਨਕ ਦੇਵ ਨੇ ਵੀ ਕਿਹਾ ਹੈ ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਇੱਕ ਕਣੀ। ਸਵਾਮੀ ਜੀ ਮਹਾਰਾਜ ਨੇ ਵੀ ਕਿਹਾ ਹੈ ਗੁਰਮੁਖ ਕੀ ਗਤ ਸਭਸੇ ਭਾਰੀ, ਗੁਰਮੁਖ ਕੋਟਨ ਜੀਵ ਉਧਾਰੀ। ਸੋ ਸਾਨੂੰ ਚਾਹੀਦਾ ਹੈ ਕਿ ਜੋ ਕੁਛ ਵੀ ਅਸੀਂ ਨਾਮਦਾਨ ਪ੍ਰਾਪਤ ਵੇਲੇ ਤੜਫ ਬਣਾਉਂਦੇ ਹੈ ਉਹਨੂੰ ਸਦਾ ਬਣਾਈ ਰੱਖਣਾ ਹੈ, ਜੋ ਅਭਿਆਸ ਹੈ ਉਸ ਨੂੰ ਸਦਾ ਹੀ ਕਰਨਾ ਹੈ। ਮੈਂ ਆਸ਼ਾ ਕਰਦਾ ਹੈ ਕਿ ਇਹ ਛੋਟੇ ਜਿਹੇ ਕਾਰਜਕ੍ਰਮ ਦੇ ਅੰਦਰ ਜਿਸ ਪਿਆਰ ਨਾਲ ਲਗਨ ਨਾਲ ਆਪਾਂ ਇਕੱਠੇ ਹੋਏ ਹੈ ਉਸੇ ਦੇ ਮੁਤਾਲਕ ਸੋਚਣਾ ਹੈ, ਉਸੇ ਦੇ ਮੁਤਾਲਕ ਕਰਨਾ ਹੈ, ਕਿਉਂਕਿ ਹਰ ਸਾਲ ਸਾਡੀ ਜ਼ਿੰਦਗੀ ਦਾ ਲੇਖੇ ਦੇ ਵਿੱਚ ਹੈ। ਲੇਖੇ ਆਵੇ ਸਾਸ ਗਰਾਸ। ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿਰਪਾਲ ਦਾ ਜਿਹਨੇ ਸਾਨੂੰ ਆਪਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਸਭ ਸੰਤਾਂ ਨੇ ਮਾਤਾ ਪਿਤਾ ਨੂੰ ਵੀ ਰੋਗੀ ਦੱਸਿਆ, ਇਹ ਜੀਵੀ ਅਸਮਾਨ ਨੂੰ ਵੀ ਰੋਗੀ ਦੱਸਿਆ, ਸੱਤ ਸਮੁੰਦਰਾਂ ਨੂੰ ਵੀ ਰੋਗੀ ਦੱਸਿਆ ਹੈ। ਰੋਗੀ ਇਸ ਵਾਸਤੇ ਹੈ ਕਿ ਜਿਨ੍ਹਾਂ ਨੇ ਸਦਾ ਨਹੀਂ ਰਹਿਣਾ, ਉਤਪਤੀ ਹੋਈ ਮੌਤ ਦਾ ਸਾਹਮਣਾ ਕੀਤਾ, ਫਿਰ ਉਤਪਤੀ ਹੋਈ ਮੌਤ ਦਾ ਸਾਹਮਣਾ ਕੀਤਾ। ਜਦੋਂ ਅਸੀਂ ਆਪਣੇ ਆਪ ਨੂੰ ਕੀ ਹਾਲਤ ਹੈ, ਕਿੰਨੀਆਂ ਮੁਸੀਬਤਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬੁਢਾਪੇ ਵੇਲੇ ਕਿੰਨੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ। ਸਰੀਰ ਉਹੀ ਹੁੰਦਾ ਹੈ, ਅੰਗ ਉਹੀ ਹੁੰਦੇ ਹੈ, ਲੇਕਿਨ ਉਹ ਪੂਰਾ ਕੰਮ ਨਹੀਂ ਕਰਦੇ ਗੇ। ਸੋ ਪਿਆਰਿਓ, ਅਗਰ ਇਹ ਜੰਮਣ ਮਰਨ ਤੋਂ ਛਡਾਉਣ ਵਾਲਾ ਹੈ ਤਾਂ ਸਤਿਗੁਰੂ ਉਸਦਾ ਨਾਮ ਹੀ ਹੈ। ਗੁਰੂ ਨਾਨਕ ਨੇ ਕਿਹਾ ਰੋਗ ਰਹਿਤ ਮੇਰਾ ਸਤਿਗੁਰੂ ਯੋਗੀ। ਉਹਨੇ ਯੋਗ ਕਰਕੇ ਇਸ ਰੋਗ ਤੋਂ ਛੁਟਕਾਰਾ ਪਾਇਆ ਹੁੰਦਾ ਹੈ, ਆਪਣੇ ਗੁਰੂ ਦੀ ਦਇਆ ਪ੍ਰਾਪਤ ਕੀਤੀ ਹੁੰਦੀ ਹੈ। ਸੱਚ ਤਾਂ ਇਹ ਹੁੰਦਾ ਹੈ ਕਿ ਗੁਰੂ ਸਭ ਬਰਕਤਾਂ
ਲੈ ਕੇ ਉਸ ਦੇ ਅੰਦਰ ਬੈਠ ਜਾਂਦਾ ਹੈ। ਯੋਗ ਦਾ ਮਤਲਬ ਹੈ ਉਹ ਪਰਮਾਤਮਾ ਗੁਰੂ ਦੇ ਸ਼ਬਦ ਨਾਲ ਜੁੜਨਾ। ਇਹ ਗਰੀਬ ਆਤਮਾ ਜਿਹੜੀ ਤੁਹਾਡੇ ਅੱਗੇ ਬੈਠੀ ਹੈ, ਜਦੋਂ ਪਰਮਾਤਮਾ ਕਿਰਪਾਲ ਨਹੀਂ ਵੀ ਮਿਲਿਆ ਸੀ, ਫਿਰ ਵੀ ਅੰਦਰੋਂ ਐਸੀ ਫਰਿਆਦ ਸੀ ਕਿ ਇਹ ਰੋਗ ਜਿਹੜਾ ਜੰਮਣ ਮਰਨ ਦਾ ਲੱਗਿਆ ਹੋਇਆ ਹੈ ਆਤਮਾ ਨੂੰ, ਇਹ ਬੜਾ ਕਰੜਾ ਰੋਗ ਹੈ, ਬੜਾ ਪੱਕਾ ਰੋਗ ਹੈ, ਇਸ ਤੋਂ ਛਡਾਉਣ ਵਾਲਾ ਵੀ ਕੋਈ ਆਏਗਾ। ਸੋ ਜਦ ਉਹ ਦਿਆਲੂ ਕਿਰਪਾਲ ਮਿਲਿਆ, ਉਹਦੇ ਅੱਗੇ ਇਹੀ ਫਰਿਆਦ ਰਹੀ, ਸਾਹ ਸਾਹ ਨਾਲ ਫਰਿਆਦ ਰਹੀ ਕਿ ਸਾਨੂੰ ਜਨਮ ਮਰਨ ਦਾ ਦੁੱਖ, ਤੂੰ ਵੈਦ ਹੈ, ਇਸ ਰੋਗ ਨੂੰ ਚੁੱਕ ਦੇ।